ਮਾਰੇ ਤੋਂ ਬਾਬਾ ਚਾਰ ਲਾਵਾਂ ਹੋਇਆ ਕਰਾਂ, ਇਹ ਫੇਰੇ ਪੂਰੇ ਕੋਈ ਨਹੀਂ ਹੁੰਦੇ ਮਾਰੇ। ਮੈਨੂੰ ਤਾਂ ਨਹੀਂ ਲੱਗਾ ਵੀ ਬਾਬੇ ਨੇ ਕਿਸੇ ਦਾ ਗਲਤ ਮੰਤਰ ਯੰਤਰ ਚੱਕਰੀ ਹੋਣਾ। ਬੱਚਾ, ਜੇ ਬਾਬਿਆਂ 'ਚ ਕੋਈ ਕਰਾਮਾਤ ਹੋਈ ਨਾ ਤਾਂ ਉਹ ਤਾਂ ਸਾਡੇ ਪੈਰੀ ਆ ਕੇ ਡਿੱਗੂਗਾ ਇਸੇ ਜਗ੍ਹਾ ਤੇ। ਜੈ ਪਕੌੜੀ ਰਾਣੀ ਦੀ ਜੈ ਹੋ। ਕਿਸ ਤਰ੍ਹਾਂ ਕਹਿ ਰਿਹਾ ਤੂੰ, ਔਲੀ ਬੋਲ ਲੈ, ਕਾਨਾਂ ਮੋ ਕੀੜੇ ਕਾੜ ਦੀਏ, ਉੱਚਾ ਸੁਣਾ ਮੈਨੂੰ। ਬੱਚਾ, ਇਹ ਬਾਬਿਆਂ ਦਾ ਮਜ਼ਾਕ ਉਡਾ ਰਹੀ ਹੈ, ਇਹਨੂੰ ਪਤਾ ਨਹੀਂ ਪਕੌੜੀ ਰਾਣੀ ਇਹਨੂੰ ਭੰਜੀ ਦਾ ਭੌਣ ਵੀ ਦਿਖਾ ਸਕਦੀ ਹੈ, ਅਗਲੀ ਵਾਰ ਤੋਂ ਨਹੀਂ ਇਹਨੂੰ ਲੈ ਕੇ ਆਉਣਾ। ਲੈ ਲੈ ਲੈ, ਕਿਉਂ ਕੀ ਬਾਤ, ਕੈਸ ਪੌਣੀ ਲੈ ਕੇ ਆਉਣਾ ਤੇ ਇਹਨਾਂ ਕੀ ਗਰੰਟੀ ਹੈ, ਛੋਰੀ ਤੋਂ ਮਾਰੀ ਹੈ ਆ। ਚਲ ਕੋਈ ਨਾ ਜੀ, ਤੁਸੀਂ ਚੁੱਪ ਹੋ ਜਾਓ, ਨਾ ਬੋਲੋ। ਬਾਬਾ ਜੀ ਕੋਈ ਗੱਲ ਨਹੀਂ, ਅਸੀਂ ਗਲਤੀ ਮੰਨਦੇ ਹਾਂ। ਮੇਰੀ ਗੱਲ ਸੁਣੋ ਬੀਬਾ, ਤੁਸੀਂ ਉਹ ਰਕਮ ਲੈ ਕੇ ਆਏ ਹੋ ਜਿਹੜੀ ਅਸੀਂ ਕਹੀ ਸੀ? ਹਾਂ ਬਾਬਾ, ਕੁਛ ਨਾ ਕੁਛ ਤਾਂ ਲੈ ਕੇ ਆਏ। ਕੁਛ ਨਾ ਕੁਛ ਦਾ ਕੀ ਮਤਲਬ? 21,000 ਹੈ ਬਾਬਾ। ਨਾ, ਬਾਬਿਆਂ ਦਾ ਆਦੇਸ਼ ਹੋਇਆ, ਰਕਮ ਪੂਰੀ ਲਈ ਜਾਊਗੀ। ਬਾਬਾ ਅਗਲੀ ਚੌਂਕੀ ਤੇ ਦੇ ਜਾਵਾਂਗੇ ਦੂਜੇ ਪੈਸੇ। ਦੇਖ ਬੀਬਾ, ਅਸੀਂ ਇਹ ਪੈਸੇ ਕੋਈ ਆਪ ਨਹੀਂ ਰੱਖਣੇ, ਅਸੀਂ ਤਾਂ ਉਸ ਮਾਲਕ ਦੇ ਲੜ ਲਾ ਦੇਣੇ ਆ ਇਹ ਪੈਸੇ, ਤੇ ਅਸੀਂ ਇਹ ਅੱਧੇ ਪੈਸੇ ਨਹੀਂ ਲੈ ਸਕਦੇ। ਬਾਬਾ ਜੀ ਕੋਈ ਗੱਲ ਨਹੀਂ, ਇੱਕ ਵਾਰੀ ਤੁਸੀਂ ਇੰਨੇ ਕੁ ਰੱਖ ਲਓ, ਅਗਲੀ ਵਾਰੀ ਜਿਹੜੇ ਬਾਕੀ ਰਹਿੰਦੇ ਨੇ ਉਹ ਲੈ ਆਵਾਂਗੇ। ਚੁੱਪ ਕਰਕੇ ਫੜ ਲੈ ਰੁਪਈਏ, ਬਿੱਲ ਦਾ 20,000 ਆਇਆ ਪਿਆ ਮੀਟਰ ਪੱਟਣਗੇ। ਪਕੌੜੀ ਰਾਣੀ ਇੰਨਾ ਗੁੱਸਾ ਨਾ ਕਰੋ, ਇਹ ਆਉਂਦੀ ਚੌਂਕੀ ਤੇ ਸਾਰੇ ਰੁਪਈਏ ਦੇ ਜਾਣਗੇ। ਕੋਈ ਗੱਲ ਨਹੀਂ, ਬੰਦੇ ਇਹ ਬਹੁਤ ਚੰਗੇ ਨੇ, ਆਪਾਂ ਆਪਦੇ ਕੋਲੋਂ ਲਾ ਦਾਂਗੇ ਸੁੱਖ। ਲੈ ਬੱਚਾ ਜੀ ਫੜਾ ਦੋ। ਨਾ ਨਾ ਨਾ, ਬਾਬੇ ਨੂੰ ਨਹੀਂ ਫੜਾਉਣੇ, ਇਹ ਤਾਂ ਬਹੁਤ ਦੂਰ ਨੇ ਰੁਪਈਆਂ ਤੋਂ। ਲੈ ਉਰਾਂ ਫੜਾ ਦਿਓ ਜੀ, ਠੀਕ ਹੈ ਬਾਬਾ ਜੀ। ਹਾਂ, ਆਉਂਦੀ ਚੌਂਕੀ ਤੇ ਰੁਪਈਏ ਪੂਰੇ ਫੜਾ ਜਾਓ ਜੀ। ਕੋਈ ਨਾ ਬਾਬਾ, ਸਾਰੇ ਪੈਸੇ ਲੈ ਆਵਾਂਗੇ, ਬਸ ਹੱਥ ਬੰਨ ਕੇ ਇਹੀ ਬੇਨਤੀ ਹੈ ਵੀ ਇਹਨੂੰ ਮਾੜਾ ਮੋਟਾ ਫਰਕ ਪੈ ਜੇ ਰੁਪਈਏ 'ਚੋਂ ਚਬਾਨੀ ਪਰ। ਬੱਚਾ ਫਰਕ ਤਾਂ ਸਾਰਾ ਪੈਜੂ, ਜੋ ਪਕੌੜੀ ਰਾਣੀ ਨੇ ਕਹਿਤਾ ਤੁਸੀਂ ਉਵੇਂ ਜਿਵੇਂ ਕਰਿਆ ਕਰੋ। ਹਾਂ, ਪਰ ਜੇ ਕੋਈ ਤੁਹਾਡੇ 'ਚੋਂ ਨਹੀਂ ਖੁਸ਼ ਤਾਂ ਜੀ ਸੱਦ ਕੇ ਨਾ ਇੱਥੇ ਆਇਓ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਹਾਂ, ਜੇ ਆਉਣਾ ਸਾਰੇ ਪਰਿਵਾਰ ਨੇ ਆਉਣਾ, ਖੁਸ਼ ਹੋ ਕੇ ਆਉਣਾ, ਕੋਈ ਦਾਰੂ ਨਾ ਪੀਵੇ ਜਿੱਦੇ ਤੁਸੀਂ ਆਪਣੇ ਸ਼ਨੀਵਾਰ ਨੂੰ ਇੱਥੇ ਆਉਣਾ। ਠੀਕ ਹੈ ਬਾਬਾ। ਹਾਂ ਕੋਈ ਗੱਲ ਨਹੀਂ, ਸਭ ਠੀਕ ਹੋ ਜੂਗਾ, ਭਰੋਸਾ ਰੱਖੋ। ਠੀਕ ਹੈ ਬਾਬਾ। ਆ ਬੱਚੀ ਨੂੰ ਇੱਧਰ ਕਰੋ, ਥੋੜਾ ਪਾਈਏ, ਉਰਾ ਹੋ ਜਾ ਪੁੱਤ, ਹੋ ਜਾ ਕੇ ਜੀ, ਸਿਰ ਝੁਕਾਓ ਬੱਚਾ, ਐ ਕਰ ਲੈ ਮਣਾ, ਯੂ ਕਰ ਲੈ। ਹਾਂ ਹਾਂ ਹਾਂ, ਠੀਕ ਹੈ। ਬੋ ਮੈਂ ਮਰ ਜਾ, ਦੇਖ ਲੈ ਕਿਵੇਂ ਬੰਦਾ ਨਾ ਘੋੜੇ ਵੇਚ ਕੇ ਸੁੱਤਾ ਪਿਆ ਹੈਗਾ, ਚਾਹੇ ਕੋਈ ਸਾਰਾ ਘਰ ਲੁੱਟ ਕੇ ਵਗ ਜੇ, ਇਹਨੂੰ ਤਾਂ ਘਰ ਦੀ ਕੋਈ ਚਿੰਤਾ ਹੀ ਨਹੀਂ ਹੈਗੀ। ਓ ਡੈਣੇ, ਸੌ ਜਾਂਦੇ 10 ਮਿੰਟ, ਸਾਰੀ ਨੀਂਦ ਖਰਾਬ ਕਰਤੀ ਮੇਰੀ। ਤੜਕੇ ਦਾ ਸੁੱਤਾ ਹੀ ਹੋਏਗਾ, ਕਿਹੜਾ ਕੋਈ ਘਰੇ ਕੰਮ ਕਰਿਆਗਾ। ਓਏ ਮੇਰੇ ਸਾਲੇ ਦੀਆਂ ਸਾਰੇ ਕੰਮ ਨਮੇੜ ਕੇ, ਮੇਰੇ ਤਾਂ ਲੱਤਾਂ ਮਹਾਂ ਦੁਖੀ ਜਾਂਦੀਆਂ, ਮਹਾਜਲ ਘੰਟਾ ਸੌਂਦੇ ਆ, ਕਿੱਥੇ ਸੌਣ ਦਿੰਦੀ ਹੈ ਤੂੰ ਡੈਣੇ। ਨਾ, ਤੂੰ ਤਾਂ ਘੋੜੇ ਵੇਚ ਕੇ ਸੁੱਤਾ ਪਿਆ, ਪਸ਼ੂਆਂ ਨੂੰ ਕੋਈ ਨੀਰਾ ਚਾਰਾ ਪਾਇਆ? ਉਹ ਨੀਰਾ ਚਾਰਾ ਮੈਂ ਤੇਰਾ ਨੌਕਰ ਲੱਗਿਆ ਇੱਥੇ, ਆਪ ਤੂੰ ਸਾਰਾ ਦਿਨ ਬਾਹਰ ਤੁਰੀ ਫਿਰਦੀ ਰਿਹਾ ਕਰ, ਘਰ ਦੇ ਕੰਮ ਮੇਰੇ ਸਿਰ ਮੜਦਿਆ ਕਰ ਸਾਰੇ। ਨਾ ਫਿਰ ਤੂੰ ਕੰਮ ਕਰ ਲਿਆ ਕਰ ਮੇਰੀ ਥਾਂ ਤੇ, ਮੈਂ ਘਰੇ ਸਾਰਾ ਕੰਮ ਕਰ ਲਿਆ ਕਰੂੰ, ਤੂੰ ਤਾਂ ਕਾਸੇ ਜੋਗਾ ਵੀ ਨਹੀਂ ਹੈਗਾ ਫਿਰ। ਓਏ, ਜੇ ਤੂੰ ਘਰੇ ਕੰਮ ਕਰਨ ਵਾਲੀ ਹੋਵੇਂ ਤਾਂ ਘਰੇ ਹੀ ਨਾ ਕਰ ਲਿਆ ਕਰੇ, ਤੱਥੋਂ ਘਰੇ ਕੋਈ ਡੱਕਾ ਨਹੀਂ ਤੋੜਿਆ ਜਾਂਦਾ ਹੈਗਾ, ਉਈ ਖਾ ਖਾ ਵੀ ਭੜੋਲੇ ਵਰਗੀ ਹੋਈ ਜਾਨੀ ਆ। ਮੈਂ ਕੋਈ ਉਈ ਨਹੀਂ ਗਈ ਸੀ ਸ਼ੌਂਕ ਨੂੰ, ਆ ਤੇਰਾ ਸਿਆਪਾ ਕਰਨ ਗਈ ਸੀ। ਚੰਗਾ, ਮੇਰਾ ਸਿਆਪਾ ਕਰਨ ਗਈ ਸੀ? ਮੇਰਾ ਸਿਆਪਾ ਕੀ ਕਰਨ ਗਈ ਸੀ? ਮੇਰੇ ਬਾਰੇ ਪੁੱਛਣ ਗਈ ਸੀ ਤੂੰ, ਗਈ ਤਾਂ ਗੁਆਂਢੀਆਂ ਬਾਰੇ ਪੁੱਛਣ ਸੀ ਤੂੰ।
ਬੇ ਫਿਰ ਕੀ ਗੱਲ ਤਾਂ ਸੁਣ ਲਿਆ ਕਰ, ਤੂੰ ਤਾਂ ਬੜਾ ਲੜਨ ਲੱਗ ਜਾਂਦਾ, ਜੇ ਜਾਵਾਂ ਤਾਂ ਵੀ ਲੜਾਈ ਧਰ ਲੈਣਾ ਅੱਗੇ, ਜੇ ਆਵਾਂ ਤਾਂ ਵੀ ਲੜਾਈ। ਓਏ ਲੜਨ ਵਾਲੀਆਂ ਗੱਲਾਂ ਕਰਦੇ ਚੰਗਾ ਭਲਾ ਸੁੱਤਾ ਪਿਆ ਸੀ, ਐਂ ਤਾਂ ਕੀ ਕਹਿਣਾ ਵੀ ਚੱਲ ਮੈਂ ਤੈਨੂੰ ਚਾਹ ਬਣਾ ਕੇ ਲਿਆ ਕੇ ਦਿੰਦੀ ਹਾਂ, ਮੇਰੇ ਸਾਲੇ ਦੀ ਨਟਰਾਈ ਦਿੱਤੇ। ਕੋਈ ਨੀ ਚਾਹ ਵੀ ਫੂਕ ਦੂੰ ਤੈਨੂੰ, ਮੇਰੀ ਗੱਲ ਤਾਂ ਸੁਣ ਲੈ। ਬਾਬੇ ਕੋਲ ਗਏ ਸੀ ਅਸੀਂ, ਆ ਦੇਖ ਲੈ ਆ ਰਾਜ ਦੀ ਮਾਂ ਏ ਐਡੀ ਗੁੱਟੀ ਕੱਢ ਕੇ ਬਾਬੇ ਨੂੰ ਦੇਤੀ ਪੈਸਿਆਂ ਦੀ। ਲੈ ਆਹੋ ਆਹੋ, ਫਿਰ ਉਹੀ ਗੱਲ ਹੈ, ਜੇ ਊ ਮੰਗਣ ਜਾਈਏ ਨਾ ਧਾਰ ਜਮਾਂ ਨਹੀਂ ਮੇਰੇ ਸਾਲੇ, ਚੁੰਡੀ ਪੜਾ ਕੇ ਰਾਜੀ ਹੈਗੇ, ਐ ਨਹੀਂ ਹੈਗਾ ਭਾਈ ਕੋਈ ਗੱਲ ਨਹੀਂ ਤੂੰ ਕਰ ਮੈਂ ਲੈ ਜਾ ਪੈਸੇ, ਤੈਨੂੰ ਲੋੜ ਆ ਨਾ ਜਮਾਂ ਨਹੀਂ ਦਿੰਦੇ, ਇਹ ਵੀ ਫਿਰ ਬਾਬਿਆਂ ਦੀ ਲੋਟ ਆਉਂਦੇ ਨੇ। ਵਧੀਆ, ਮੈਂ ਤਾਂ ਕਹਿੰਦੀ ਇਹਨਾਂ ਦੇ ਨਿਕਲ ਗਏ, ਉਦੋਂ ਤਾਂ ਫਿਰ ਜੇ ਕੋਈ ਮੰਗਣ ਵਗ ਜਾਓ, ਮੇਰੀ ਗੱਲ ਸੁਣ, ਜਦ ਤੂੰ ਬਿਮਾਰ ਸੀ ਉਦੋਂ ਮੈਂ 5000 ਮੰਗਣ ਵਗ ਗਈ ਵੀ ਚੱਲ ਕੋਈ ਨਹੀਂ ਭੈਣੇ 5000 ਦੇ ਦੇ, ਜਿੱਦੇ ਕਰਮਾਂ ਠੀਕ ਹੋ ਗਿਆ ਕੋਈ ਨਹੀਂ ਕਢਾ ਕੇ ਤੈਨੂੰ ਦੇ ਦਾਂਗੇ ਪੈਸੇ, ਸਾਡੇ ਕੋਲ ਕਿਹੜਾ ਅੱਗ ਲਾਉਣੀ ਹੈ ਨੀਗੀ। ਨਾ ਸਾਫ਼ ਹੀ ਜਵਾਬ ਦੇਤਾ, ਨਾ ਭੈਣੇ ਸਾਡੇ ਤਾਂ ਰੁਪਈਆ ਵੀ ਨਹੀਂ ਹੈਗਾ, ਕਾਲੀ ਕੀੜੀ ਫਿਰ ਜਾਂਦੀ ਹੈ ਕੰਜਰਾਂ ਦੇ, ਮੈਂ ਤਾਂ ਕਹਿੰਦੀ ਰੱਬ ਕਰਕੇ ਨਾ ਹੋਣ ਹੀ ਨਾ ਜਮਾਂ ਅੱਗ ਲੱਗ ਜੇ। ਅੱਗ ਹੀ ਲੱਗੂਗੀ ਆ, ਹੁਣ ਲੱਗੀ ਤਾਂ ਜਾਂਦੇ ਉਹ ਤੇ ਲਾਜੇ ਤੇ, ਕਿਤੇ ਕਿਤੇ ਫੜਾਏ ਆਉਂਦੇ 5000, ਕਿਤੇ ਕਿਤੇ ਫੜਾਏ ਆਉਂਦੇ ਨੇ। ਬੇ 21000, 5000 ਉਹਦੇ ਦੇ ਕੇ ਆਉਂਦਾ ਪਿਛਲੇ ਵਾਰ ਨੂੰ ਤੇ 21000 ਅੱਜ। ਮੇਰੀ ਗੱਲ ਸੁਣ ਲੈ, ਮੈਂ ਵੀ ਇਹਦਾ ਨਾਮ ਵੀ ਸੋਨੀਆ ਨਹੀਂ ਹੈਗਾ, ਜੇ 7 ਚੌਂਕੀਆਂ ਦੇ ਵਿੱਚ ਇਹਨਾਂ ਤੋਂ 1.25 ਲੱਖ ਰੁਪਇਆ ਉਹਨਾਂ ਨੂੰ ਬਾਬੇ ਨੂੰ ਦਿਵਾਣਾ ਦਿੱਤਾ। ਓਏ ਹੋਰ, ਤੂੰ ਬਾਬੇ ਨੂੰ ਕਹਿ ਦੀ ਪਰੇ ਲਿਜਾ ਕੇ ਕਹਿ ਬਾਬਾ ਇਹਦੇ ਕੋਲ ਬਥੇਰੇ ਪੈਸੇ ਆ, ਪੈਸੇ ਨਹੀਂ ਮੁੱਕਦੇ, ਕਹਿ ਚਾਹੇ ਅੱਗ ਲਾ ਕੇ ਸਾਰਾ ਟੱਬਰ ਸਿੱਕੀ ਜਾਵੇ ਤਾਂ ਨਹੀਂ ਮੁੱਕਦੇ, ਇੰਨੇ ਪੈਸੇ ਇਹਨਾਂ ਕੋਲੇ। ਮੇਰੀ ਗੱਲ ਸੁਣ, ਨੰਬਰ ਤਾਂ ਆ ਗਿਆ ਹੁਣ ਆਪਣੇ ਕੋਲ ਬਾਬੇ ਦਾ, ਮੈਂ ਇਹਨੂੰ ਫੋਨ ਕਰਕੇ ਦੱਸੂਗੀ ਵੀ ਆਈ ਚੌਂਕੀ 'ਤੇ 20-50 ਹਜ਼ਾਰ ਕਹਿ ਦਿਆ ਕਰ, ਵੀ ਅਸੀਂ ਤਾਂ ਢਾਲੇ ਲਾਉਣੇ ਨੇ, ਅਸੀਂ ਤੈਅ ਕਰਨੇ ਨੇ, ਫਿਰ ਰੁਪਈਏ ਦੇਣਗੇ। ਇੱਕ ਉਹ ਵੀ ਨਹੀਂ ਠੀਕ ਹੁੰਦੀ, ਬੌਲ ਮਾਰਦੀ ਰਹਿੰਦੀ ਹੈ, ਉਹ ਵੀ ਮਾੜੀ ਮੋਟੀ ਠੀਕ ਹੋਵੇ ਫਿਰ ਹੀ ਕਹੀਏ, ਉਹ ਤਾਂ ਅੱਡ। ਠੀਕ ਹੈ, ਨੰਬਰ ਤਾਂ ਚੱਲ ਬਾਬੇ ਦਾ ਆ ਗਿਆ, ਮੈਨੂੰ ਐਂ ਦੱਸ ਬਾਬਾ ਕਿਹੋ ਜਨਾਨੀ ਹੈ, ਮੈਨੂੰ ਤਾਂ ਹਜੇ ਤੱਕ ਐਂ ਨਹੀਂ ਪਤਾ। ਵੀ ਜਨਾਨੀ ਵੀ ਹੈ ਨਾਲ, ਉਹਦੇ ਇੱਕ ਬੰਦਾ ਵੀ ਹੈ, ਦੋਨੇ ਜਾਣੇ ਨੇਗੇ, ਗੱਲਾਂ ਸੱਚੀਆਂ ਦੱਸਦੇ ਨੇ। ਉਹ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਤੂੰ ਰਹਿਣ ਦੇ ਫੋਨ ਕਰਨ ਨੂੰ, ਕਿਤੇ ਤੂੰ ਹੀ ਨਾ ਉੱਧਰ ਬਾਬਿਆਂ ਦੇ ਡੇਰੇ ਜਾ ਕੇ ਬਹਿ ਜੀ, ਕਿਤੇ ਮੈਂ ਇੱਥੇ ਫਿਰਦਾ ਰਹਾਂ ਇਕੱਲਾ ਕੰਧਾਂ 'ਚ ਵੱਜਦਾ। ਬੇ ਮੈਂ ਕਿੱਧਰੇ ਨਹੀਂ ਜਾਂਦੀ ਹੈਗੀ, ਮੈਂ ਤਾਂ ਉਰੀ ਹਾਂ, ਜਦੋਂ ਤੇਰੇ ਗੱਲ ਪਈ ਹੋਈ ਹਾਂ ਮੈਂ ਕਿੱਥੇ ਜਾ ਸਕਦੀ ਹਾਂ, ਨਿਕਲ ਤਾਂ ਮੈਂ ਹੁਣ ਨਹੀਂ ਸਕਦੀ ਕਿਤੇ। ਓਏ ਚੱਲ ਚੰਗਾ, ਮੇਰੀ ਗੱਲ ਸੁਣ, ਤੂੰ ਬਾਬੇ ਨੂੰ ਕਹਿ ਦੀ ਕਹਿ ਬਾਬਾ ਕੋਈ ਗੱਲ ਨਹੀਂ, ਇਹਨਾਂ ਕੋਲ ਬਥੇਰੇ ਰਿਕਾਰਡ ਨੇ, ਮੇਰੇ ਸਾਲਿਆਂ ਨੂੰ ਨਾ ਸਾਰੇ ਪੈਸੇ ਲਵਾ ਦੇ ਜਿੰਨੇ ਇਹਨਾਂ ਦੇ ਘਰੇ ਪਏ ਨੇ। ਫਿਰ ਤੂੰ ਤਾਂ ਲੜਨ ਲੱਗ ਜਾਂਦਾ, ਮੈਨੂੰ ਜਾਣ ਤਾਂ ਦਿੰਦਾ ਨਹੀਂ, ਪਿੱਟਣ ਹੀ ਲੱਗ ਜਾਂਦਾ ਗਾ, ਘਰੇ ਤਾਂ ਐਂ ਕਲੇਸ਼ 70 ਵਸਾ ਲੈਣਾ ਜੇ ਮਰ ਗਿਆ ਹੁੰਦਾ ਕੋਈ, ਵੀ ਮੈਂ ਕਿਹੜਾ ਨਿਕਲ ਗਈ ਅੱਗ ਲਾਉਣੀ, 2 ਮਿੰਟਾਂ ਨੂੰ ਆ ਜੂੰਗੀ। ਓਏ ਕੀ ਇਤਬਾਰੀ ਹੁੰਦੀ ਹੈਗੀ, ਤੂੰ ਵੀ ਕਿਤੇ ਸਾਧਨੀ ਬਣ ਜੇ, ਮੈਂ ਕੀ ਕਰੂੰਗਾ ਫਿਰ ਦੱਸ, ਫਿਰ ਮੈਨੂੰ ਡਰ ਤਾਂ ਜਿਹੜਾ ਗੱਲ ਦਾ ਹੈਗਾ ਹੈਗਾ, ਮੈਂ ਤਾਂ ਤੇਰੇ ਨਾਲ ਲੜਦਾ ਹੁੰਦਾ। ਹੋਰ ਮੈਂ ਤਾਂ ਉਹੀ ਨਿਕਲ ਹੀ ਫਿਰਦੀ ਹਾਂ, ਮੇਰੀ ਕਿਹੜਾ ਕੋਈ ਇੱਜ਼ਤ ਹੈ। ਮੇਰੀ ਗੱਲ ਸੁਣ ਲੈ, ਇੱਕ ਉਹਦੀ ਭਰਜਾਈ ਆ ਰਹੀ ਸੀ, ਪਤਾ ਨਹੀਂ ਭਾਈ ਉਹ ਤਾਂ ਕੀ ਹਿੰਦੀ 'ਚ ਕਾਟੇ ਵਾਟੇ, ਉੱਥੇ ਤਾਂ ਬਾਬੇ ਨਾਲ ਲੜਨ ਨੂੰ ਤਿਆਰ ਹੋ ਗਈ ਉਹ। ਆਹੋ ਉਹ ਤਾਂ ਇੱਧਰ ਦੀ ਆ, ਬਾਂਗਰ ਆ ਉਹ, ਬਾਂਗਰੂ ਆ। ਉਹ ਤਾਂ ਬਾਬੇ ਨੇ ਐਂ ਕਹਿਤਾ ਇਹ ਕਿ ਤੁਹਾਡੇ 'ਚ ਘਰ 'ਚ ਕੋਈ ਮੰਨਦਾ ਨਹੀਂ ਹੈਗਾ ਉੱਥੇ। ਨਾ ਨਾ ਭਾਈ, ਕਹਿੰਦੀ ਕਿਉਂ ਅਸੀਂ ਮੰਨਦੇ ਹਾਂ, ਤਾਂ ਹੀ ਉਰੇ ਬੈਠੇ ਹੋਰ ਕਿ, ਹੋਰ ਪਤਾ ਨਹੀਂ ਕਿਹੜੀ ਗੱਲ ਪਿੱਛੇ ਤੜਕ ਗਈ ਸੀ ਉੱਥੇ। ਫਿਰ ਬਾਬੇ ਨੇ ਤਾਂ ਕਹਿਤਾ, ਕਹਿੰਦਾ ਇੱਥੇ ਭਾਈ ਇਹਨੂੰ ਨਹੀਂ ਆਉਣਾ, ਇਹਨੂੰ ਨਹੀਂ ਆਉਣਾ, ਲਿਆਉਣਾ ਨਾਲ। ਲੈ ਬਾਬਾ ਇਹੋ ਜਿਹਾ ਬਾਬਾ ਸੀ, ਜੇ ਮੈਂ ਬਾਬਾ ਹੁੰਦਾ ਮੈਂ ਚਮਟਾ ਮਾਰਦਾ ਉਹਦੇ ਮੋਰਾਂ 'ਚ, ਬੋਲ ਕੇ ਦਿਖਾਉਂਦੀ, ਇਹਦਾ ਬਾਬੇ ਦੇ ਨਹੀਂ ਕੁਛ ਹੋਇਆ। ਚੱਲ ਮੇਰੀ ਗੱਲ ਸੁਣ, ਜਾਂ ਸੰਨੀਰ ਲਾ ਦੇ ਪਸ਼ੂਆਂ ਨੂੰ, ਖੜਾ ਜਾ ਮੈਂ ਚਾਹ ਧਰਦੀ ਹਾਂ। ਉਹ ਮੱਥੋਂ ਚਪੇੜਾ ਨਾ ਖਾ ਲਈ ਤੂੰ, ਸੰਨੀਰ ਲਾ ਦੇ ਚੁੱਪ ਕਰਕੇ, ਤੜਕੇ ਦਾ ਮੈਂ ਸਾਰੇ ਕੰਮ ਕਰੇ ਹੈਗੇ, ਭਾਂਡੇ ਮੈਂ ਮਾਂਜਿਆ, ਪੋਚੇ ਮੈਂ ਲਾਤੇ, ਹੋਰ ਤੇਰਾ ਕੋਈ ਕੰਮ ਨਹੀਂ ਰਿਹਾ ਹੈਗਾ। ਚੁੱਲ੍ਹੇ ਕੋਲੇ 2 ਟੋਕਰੇ ਹੋਏ ਪਏ ਸੀ ਸਵਾਹ ਦੇ, ਜਿਹੜੇ ਚੱਕ ਕੇ ਸਿੱਟ ਕੇ ਆਇਆ ਮੈਂ। ਚੱਲ ਕੋਈ ਨਾ, ਫਿਰ ਤੂੰ ਮੇਰਾ ਘਰ ਵਾਲਾ ਨਹੀਂ ਹੈਗਾ, ਇੰਨਾ ਕੰਮ ਤਾਂ ਕਰ ਹੀ ਸਕਦਾ, ਫਿਰ ਕੀ ਹੁੰਦਾ, ਮੈਂ ਦੇਖ ਤੇਰੇ ਪਿੱਛੇ ਤੁਰੀ ਫਿਰਦੀ ਹੈਗੀ। ਓਏ ਨਹੀਂ, ਮੈਂ ਤਾਂ ਬਾਹਰ ਵਾਲੀ ਠੀਕ ਆ, ਤੂੰ ਕੰਮ ਕਰ ਲਾ ਯਾਰ, ਜੇ ਭੱਜ ਜਾ ਮੇਰਾ ਦਿਮਾਗ ਨਾ ਚੱਟ। ਸੰਨੀ ਨਹੀਂ ਲਾਉਂਦਾ ਹੁਣ? ਨਹੀਂ ਮੈਂ ਨਹੀਂ ਲਾਉਂਦਾ, ਆਪੀ ਲਾ ਲਾ ਆਪਦੀ। ਉਹ ਮੈਂ ਮਰ ਜਾ, ਇੱਕ ਕੰਮ ਤਾਂ ਕਰ ਲਾ, ਮਾੜੀ ਮੋਟੀ ਪਤਲੀ ਹੋ ਜਾਏਗੀ। ਕੋਈ ਨਾ, ਪਾਣੀ ਵਾਲੀ ਟੈਂਕੀ ਵਾਂਗੂ ਫੁੱਲਦੀ ਤੁਰੀ ਜਾਂਦੀ ਆ ਮਾਂ ਦੀ ਤੀ। ਇੱਕ ਤਾਂ ਪਤਾ ਨਹੀਂ ਆਹ ਦੰਦਾ ਧਰ ਰੱਖਿਆ ਹੈਗਾ, ਜਦੋਂ ਕਦੋਂ ਬੋਲੂ ਐਂ ਬੋਲੂਗਾ, ਗਹਾਰਾ ਜਿਹਾ, ਥੋਬੜ ਜੀ, ਮੋਟੀ ਜੀ, ਫਿਰ ਉਦੋਂ ਦੇਖ ਲੈਂਦਾ, ਮੈਂ ਤਾਂ ਮੋਟੀ ਸ਼ੁਰੂ ਤੋਂ ਹੀ ਸੀਗੀ। ਓਏ ਉਦੋਂ ਤਾਂ ਪਤਲੀ ਸੀ, ਉਦੋਂ ਕੀ ਪਤਾ ਸੀ ਤੂੰ ਐਡਾ ਬਣ ਜਾਏਗੀ ਥੋਬੜਾ, ਮੇਰੇ ਸਾਲੇ ਦੇ ਦੀ।
ਓਹੋ ਬੈਠੇ ਬੈਠੇ ਢੂਹੀ ਆਕੜ ਜਾਂਦੀ ਆ। ਹਾਏ ਢੂਹੀ ਤੋਂ ਯਾਦ ਆਇਆ, ਮੇਰੀਆਂ ਵੀ ਬੜੀਆਂ ਲੱਤਾਂ ਦੁਖੀ ਜਾਂਦੀਆਂ, ਮਾੜੀਆਂ ਜਿਹੀਆਂ ਦੱਬ ਦਿਓ। ਹਾਏ ਹਾਏ ਸਾਲੇ ਮੇਰੇ ਦੀਆਂ, ਮੈਂ ਘਰ ਆਣਾ ਤੇਰਾ ਗੱਲ ਨਾ ਘੋੜਦਾ, ਲੱਤਾਂ ਦੱਬਦੇ। ਫੇਰ ਕੀ ਹੋ ਗਿਆ, ਮੌਤ ਪੈਂਦੀ ਹੈ ਮੇਰੇ ਸਿਰ ਤੇ ਖਾਣਾ, ਤੂੰ ਸਮਝ ਗਿਆ ਨਾ, ਜੇ ਘੁੱਟ ਦੇਗਾ ਕਿੱਡੀ ਕੀ ਗੱਲ ਹੈ। ਉਹ ਤੇਰੇ ਸਿਰ ਤੇ ਫੇਰ ਖਾਂਦਾ ਜੇ ਤੈਨੂੰ ਵਿਆਹ ਕੇ ਲੈ ਕੇ ਆਇਆਗਾ, ਕੋਈ ਪੁੰਨ ਖਾਂਦਾਗਾ। ਵਿਆਹ ਕੇ ਲੈ ਕੇ ਆਇਆ ਦਾ ਕੀ ਮਤਲਬ, ਕੋਈ ਹੋਰ ਲੜ ਲੱਗਿਆ ਹੁੰਦਾ ਮੇਰੇ, ਉਹ ਵੀ ਸ਼ਾਇਦ ਤੇਰੇ ਨਾਲੋਂ ਵੱਧ ਹੀ ਕਮਾਉਂਦੇ ਸੀ, ਤੂੰ ਤਾਂ ਮਾੜੀ ਮਾੜੀ ਗੱਲ 'ਤੇ ਤਾਂ ਨੰਨਾ ਪਾ ਦਿੰਦਾ ਗਾ। ਅੱਛੇ ਤੂੰ ਕਾਲੀ ਮੈਂ ਤੇਰੀ ਜੇ ਚਾ ਪਕੌੜੀ ਮਾਤਾ ਦਾ ਬਾਲ ਦੇ ਡੰਡਾ, ਅਗਲੇ ਤਾਂ ਮੈਂ ਹੀ ਤੇਰੇ ਮਾਂਗਰ ਲੱਗ ਲੈਂਦਾ ਗਾ। ਉਹ ਤੂੰ ਰਹਿਣ ਦੇ, ਇੰਨਾ ਸੌਖਾ ਨਹੀਂ ਹੈਗਾ ਮੈਨੂੰ ਫੜ ਪਾਉਣਾ, ਸਮਝ ਗਿਆ ਨਾ, ਉਹ ਤਾਂ ਤੇਰੇ ਵਰਗਿਆਂ ਕਰਕੇ ਨਾ ਮਾੜਾ ਮੋਟਾ ਸ਼ੱਕ ਪੈ ਜਾਂਦਾ, ਨਹੀਂ ਮੈਨੂੰ ਨਹੀਂ ਕੋਈ ਪਰਖ ਸਕਦਾ। ਸ਼ੱਕ ਪੈ ਜਾਂਦਾ ਗਾ, ਝੱਲੀ ਸਾਰਾ ਕੰਮ ਤਾਂ ਮੈਂ ਮੇਰੇ ਕਰਕੇ ਜਾਂਦਾ ਹੈਗਾ। ਹੋਰ ਤੇਰੇ ਸਿਰ ਦੀ ਖਾਨੀ ਆ ਮੈਂ, ਤੇ ਹੋਰ ਹਣਾ, ਤੇ ਜਿਹੜਾ ਲੋਕਾਂ ਦੀਆਂ ਬਿੜਕਾਂ ਲੈਂਦਾ ਫਿਰਦਾ, ਜਾ ਕੇ ਉੱਥੇ ਸੰਭਰ ਦਾਂਗਾ, ਸਾਰਾ ਕੁਛ ਕਰਦਾ, ਜਾ ਕੇ ਪਾਣੀ ਛਿੜਕ ਦਾਂਗਾ। ਜੇ ਬਾਬਾ ਹੈਗਾ ਨਾ ਤਾਂ ਲੋਕ ਆਉਂਦੇ ਆ, ਚੇਲਿਆਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ, ਇਹ ਤੈਨੂੰ ਵੀ ਪਤਾ। ਫਿਰ ਤੂੰ ਵੀ ਇਹ ਭੁੱਲ ਜਾ, ਚੇਲਿਆਂ ਨਾਲ ਹੀ ਬਾਬੇ ਹੁੰਦੇ ਨੇ, ਇਕੱਲੇ ਨੂੰ ਇਕੱਲੇ ਕਦੇ ਦੇਖੇ ਨੇ, ਤੇ ਆਸੇ ਪਾਸੇ ਚੇਲੇ ਹੁੰਦੇ ਨੇ ਤਾਂ ਬਾਬੇ ਲੱਗਦੇ ਨੇ। ਤੂੰ ਲੜਨਾ ਮੇਰੇ ਨਾਲ, ਇੱਕ ਤਾਂ ਇੰਨੀ ਸੋਹਣੀ ਜੋੜੀ ਬਣੀ ਹੋਈ ਆਪਣੀ, ਇੰਨਾ ਵਧੀਆ ਕੰਮ ਚੱਲੀ ਜਾਂਦਾ, ਉੱਤੋਂ ਤੂੰ ਪਤਾ ਨਹੀਂ ਕਿਉਂ ਬੇਮਤਲਬ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਲੈ ਕੇ ਬਹਿ ਜਾਣਾ, ਇੱਕ ਪੈਰ ਦਬਾਉਣ ਨੂੰ ਕਿਹਾ, ਕਿੱਡੀ ਕੁ ਗੱਲ ਹੈ, ਥੱਕ ਜਾਂਦੀ ਹਾਂ ਮੈਂ ਸਾਰਾ ਦਿਨ ਤੁਰਦੀ ਫਿਰਦੀ। ਮੈਂ ਕਿਹੜਾ ਥੱਕਦਾ ਨਹੀਂਗਾ, ਦਬਾ ਦੇ ਤੇਰੇ ਗੱਲਾਂ ਦੇਖ ਕਰਦੇ, ਨਾਲੇ ਮੇਰੀ ਗੱਲ ਸੁਣ ਲਾ। ਹਾਂ ਤੂੰ ਐਡਾ ਮੂੰਹ ਅੜ ਲੈਂਦੀ ਹੈਗੀ, ਸਾਰੇ ਰੁਪਈਏ ਤੋਂ ਸਾਰੇ ਰੁਪਈਏ। ਹਾਂ ਸੱਚ, ਤੇਰੀ ਮੱਤ ਮਾਰੇਗੀ ਆ, ਉਹਨਾਂ ਨੂੰ ਕਹਿੰਦਾ ਬਾਕੀ ਪੈਸੇ ਫੇਰ ਦੇ ਜਿਓ, ਆਪੇ ਦਿੰਦਾ ਅਗਲਾ 51 ਕਿਹਾ ਜਦੋਂ, ਉਹ ਤਾਂ ਕਹਿਣਗੇ ਬਾਬੇ ਆਪਦੀ ਜ਼ਬਾਨ ਤੇ ਨਹੀਂ ਹੈਗੇ, ਹੁਣ 21 ਨੂੰ ਵੀ ਮੰਨ ਗਏ। ਤੂੰ ਤਾਂ ਕਹੀ ਜਾਂਦੀ ਹੈਗੀ, ਉਹ ਜਿਹੜੀ ਨਾਲ ਆਈ ਸੀ ਇੱਕ ਬੁੜੀ ਜੀ, ਉਹ ਬਹੁਤ ਚਲਾਕ ਸੀ, ਕੀ ਪਤਾ ਮੁੜ ਕੇ ਉਹਨਾਂ ਨੇ ਇੱਥੇ ਆਉਣ ਦਿੰਦੀ ਜਾਂ ਨਾ, ਉੱਤੋਂ ਤੈਨੂੰ ਪਤਾ ਰੋਜ਼ ਪਲਾਸ ਪਾਉਣ ਦੇ ਲਿਆ ਕੇ ਮੀਟਰ 'ਚ ਬਿਜਲੀ ਵਾਲੇ, ਜੇ ਪੱਟ ਕੇ ਲੈ ਕੇ ਨਾ ਸਾਰੀ ਗਰਮੀ ਮੱਛਰ ਖਾ ਜੂ ਆਪਾਂ ਨੂੰ। ਨਹੀਂ ਪੱਟਦੇ ਕੋਈ ਨਾ ਮੀਟਰ ਮੂਟਰ, ਮੈਂ ਵੀ ਇਹੀ ਸੋਚਦੀ ਸੀ, ਜਿਹੜੀ ਉਹ ਜਨਾਨੀ ਆਈ ਸੀ ਨਾਲ, ਲੱਗੀ ਤਾਂ ਮੈਨੂੰ ਤੇਜ਼ ਜੀ, ਕਿਵੇਂ ਗੱਲਾਂ ਕਰਦੀ ਸੀ ਹਨਾ, ਅਖੇ ਬੋਲ ਲਾ ਮੇਰੇ ਕੰਨ 'ਚ ਆਵਾਜ਼ ਆਉਂਦੀ ਹੈ, ਯੇ ਵੋ, ਮੈਨੂੰ ਸਹੀ ਨਹੀਂ ਲੱਗੀ। ਉਹ ਹੈ ਤਾਂ ਉਹ ਕਾਫੀ ਸ਼ਾਤਰ, ਕੋਈ ਕੁਛ ਨਹੀਂ ਹੁੰਦਾ ਇਹ ਜਾਣ ਕੇ, ਉਹ ਵੀ ਜਾਣ ਕੇ ਢੰਗ ਫੂਸ ਕਰਦੀ ਸੀ, ਉਹਨੂੰ ਆਈ ਆ ਇਹ ਹੁਸ਼ਿਆਰ ਬਹੁਤ ਹੁੰਦੀਆਂ ਨੇ, ਤੈਨੂੰ ਪਤਾ ਵੀ ਇਹਨਾਂ ਨੂੰ ਵੀ 100-50 ਰੁਪਏ ਚਾਹੀਦਾ ਹੁੰਦਾ ਆਸੇ ਪਾਸੇ ਵਾਲੇ ਨੂੰ, ਹੋਰ ਕੀ ਹੁੰਦਾ ਗਾ, ਸਾਰੀ ਦੁਨੀਆ ਖਾਣ ਨੂੰ ਤਾਂ ਪਈ ਹੁੰਦੀ ਹੈ, ਜੇ ਕੋਈ ਖਾਣ ਵਾਲਾ ਮਿਲ ਜੇ ਕੋਈ। ਉਹੀ ਗੱਲ, ਸਾਵਨ ਕੇ ਹਰੇ ਕੋ ਅੰਧਾ ਹੀ ਦਿਖਾਈ ਦਿੱਤਾ, ਉਹੀ ਗੱਲ, ਅਖੇ ਧੋਖੇਬਾਜ਼ਾਂ ਨੂੰ ਸਾਹਮਣੇ ਧੋਖੇਬਾਜ਼ੀ ਦਿਖਾਈ ਦਿੰਦੇ ਆ, ਅਗਲੀ ਦੇ ਘਰ ਦੇ ਨਾਲ ਆਈ ਸੀ, ਉਹ ਪਰਿਵਾਰ ਦੀ ਮੈਂਬਰ ਸੀਗੀ, ਉਹ ਕਿਉਂ ਖਾਊਗੀ। ਉਹ ਇੱਥੇ ਕੋਈ ਕਰਦਾ ਨਹੀਂ ਗਾ, ਇੱਥੇ ਕੋਈ ਕਰਦਾ ਨਹੀਂ, ਸਭ ਖਾਣ ਕੁੱਤੇ ਨੇ, ਜਿਹਦੋਂ ਖਾਧਾ ਅਗਲਾ ਦਾ ਖਾ ਲਓ ਬਸ। ਹਾਏ ਅੱਜ ਕਿੰਨੀ ਧੁੱਪ ਸੀ ਨਾ, D10 ਵਾਲਾ ਹੋ ਜਾਂਦਾ ਮੇਰੇ ਫੇਸ ਤੇ। ਹੋ ਜਾਂਦਾ ਤਾਂ ਹੀ ਤਾਂ ਘਰੇ ਕੋਈ ਰੁਪਈਆ ਨਹੀਂ ਜੁੜਦਾ, ਆ ਤੇਰੇ ਜਿਹੜੇ ਰੁਪਈਏ ਹੁੰਦੇ ਨੇ ਸਾਰੇ ਚੱਕ ਕੇ ਫੂਕ ਦਿੰਦੀ, ਕਿਤੇ ਕੁਛ ਮੰਗਾ ਲਿਆ ਕਿਤੇ ਕੁਛ ਮੰਗਾ ਲਿਆ, 21,000 ਦੇ ਕੋਈ ਬਿਲ ਭਰਨਾ ਮੈਂ, ਤੂੰ ਫੇਰ ਚੱਕ ਕਿਤੇ ਜਲੂਸ ਕਰ ਦੇਂ ਕਿਤੇ ਕੁਛ, ਕੋਈ ਨਹੀਂ ਭਰਦਾਂਗੇ, ਫੇਰ ਆ ਜਾਣਗੇ ਤੇ 21,000 ਦੇ ਮੈਨੂੰ। ਤੂੰ ਤਾਂ ਮੂਰੇ ਹੁੰਦੀ ਰੋ ਤਾਂ ਮੈਨੂੰ ਮੂਰੇ ਕਰਨੀ ਹੈਗੀ ਬਿਲ ਦੇ, ਵੀ ਕਹਿ ਦੇ ਕੋਈ ਨਾ ਭਰਦਾਂਗੇ। ਕੋਈ ਨਹੀਂ, ਭਗਤੀ ਹੈ ਵਿਚਾਰਾ ਆਪਣਾ, ਕੋਈ ਨਹੀਂ, ਕੋਈ ਭਗਤ ਭੁਗਤ ਨਹੀਂ, ਅਗਲੇ ਨੇ ਡਿਊਟੀ ਕਰਨੀ ਹੁੰਦੀ ਹੈਗੀ, ਪੱਟ ਕੇ ਲੈ ਜੂਗਾ ਮੁੜ ਕੇ। ਸੱਚ ਬਿਲ ਤੋਂ ਯਾਦ ਆਇਆ, ਆਪਣੇ ਏਸੀ ਦੀ ਨਾ ਸਰਵਿਸ ਕਰਾਉਣ ਵਾਲੀ ਹੈ, ਗਰਮੀ ਆਈ ਜਾਂਦੀ ਹੈ ਤੁਹਾਨੂੰ ਪਤਾ, ਤੁਸੀਂ ਕਰਵਾ ਦਿਓ ਚੰਗਾ ਸਰਵਿਸ ਬੁਲਾ ਕੇ ਭਾਈ। ਮੈਂ ਤੈਨੂੰ ਇੱਕ ਹੋਰ ਸਕੀਮ ਦੇਵਾਂ, ਜੇ ਆਪਾਂ ਕਰੀ ਸੱਦ ਲਿਆ ਕਰੀਏ ਸਾਰਿਆਂ ਨੂੰ, ਨਾ ਹੈ ਨਾ ਖਾਇਆ ਦਾ ਟੌਰ ਨਾ ਬੈਠੇ। ਨਹੀਂ ਤੇਰਾ ਦਿਮਾਗ ਨਾ ਸੱਚੀ ਗਿੱਟਿਆਂ 'ਚ, ਮੈਨੂੰ ਐਂ ਦੱਸੀ ਜੇ ਆਪਣਾ ਅਸਲੀ ਪਤਾ ਲੱਗ ਗਿਆ ਲੋਕਾਂ ਨੂੰ,
ਜਾਂ ਕੋਈ ਮਾੜੀ ਮੋਟੀ ਇੱਧਰੋਂ ਉੱਧਰੋਂ ਕੋਈ ਭਣਕ ਲੱਗ ਗਈ ਉਹਨਾਂ ਨੂੰ ਵੀ ਹਾਂ ਇਹ ਅਸਲੀ ਨਹੀਂ ਇਹ ਨਕਲੀ ਹੈ, ਤੂੰ ਤਾਂ ਛਿੱਤਰ ਖਾਏਗਾ ਖਾਏਗਾ, ਨਾਲ ਇੱਧਰ ਪਕੌੜੀ ਰਾਣੀ ਦੇ ਪਵਾਏਗਾ, ਕਿਉਂ ਕਿਉਂ ਤੂੰ ਵੈਰੀ ਬਣਿਆ ਮੇਰਾ, ਜਿਵੇਂ ਚੱਲੀ ਜਾਂਦਾ ਉਵੇਂ ਚੱਲੀ ਜਾਣ ਦੇ, ਉਹਨਾਂ ਨੂੰ ਬੜਾ ਪਤਾ ਆਪਾਂ ਕਿੱਥੇ ਰਹਿੰਦੇ ਕਿੱਥੇ ਨਹੀਂ, ਜਿੱਥੇ ਜੀ ਕਰਦਾ ਉੱਥੇ ਜਾ ਕੇ ਆਪ ਦਾਸਨ ਲਾ ਲੈਂਦੇ ਹਾਂ, ਕਿੱਡੀ ਕੁ ਗੱਲ ਹੈ, ਆਪਾਂ ਨੂੰ ਕਿਹੜਾ ਕੋਈ ਰੋਕਦਾ। ਹਾਂ ਮੈਂ ਕਹਿਣਾ ਬਗਾਨੇ ਪਿੰਡ 'ਚੋਂ ਕੁੱਟ ਬਾਹਲੀ ਬੜੀ ਪੈਂਦੀ ਹੁੰਦੀ ਆ, ਆਪਦੇ ਪਿੰਡ 'ਚ ਤਾਂ ਫਿਰ ਵੀ ਬਚ ਜਾਂਦਾ ਹੁੰਦਾ ਗਾ। ਪਹਿਲਾ ਬੰਦਾ ਜਿਹੜਾ ਜਨਾਨੀ ਨਾਲੋਂ ਵੱਧ ਡਰਦਾ, ਕੁੱਟ ਪੈ ਜਾਂਦੀ ਕੁੱਟ ਪੈ ਜਾਂਦੀ, ਕੋਈ ਨਹੀਂ ਮੈਂ ਹੋ ਜੂ ਅੱਗੇ ਦੇਖ ਲੂੰਗੀ ਕਿਹੜਾ ਕੁੱਟਦਾ ਮੈਨੂੰ, ਪੱਟਾ ਆਇਆ। ਨਾਲੇ ਮੈਂ ਤੈਨੂੰ ਕਿਹਾ ਨਾ ਏ ਸੀ ਦੀ ਰਿਪੇਅਰਿੰਗ ਕਰਵਾ ਦੇ, ਮੇਰਾ ਭਗਤੀ ਆ ਉਹ, ਕੋਈ ਨਹੀਂ ਆ ਕੇ ਫ੍ਰੀ 'ਚ ਕਰ ਜੂਗਾ। ਚੱਲ ਕੋਈ ਨਾ ਤਾਂ ਕਰ ਦਿਓ, ਹੁਣ ਮੈਨੂੰ ਐਂ ਦੱਸ ਜੇ ਬਾਜ਼ਾਰ ਜਾਣਾ, ਚੱਲ ਕੱਪੜੇ ਕੁੱਪੜੇ ਬਦਲੀਏ, ਇੱਥੇ ਬੈਠਣਾ ਟਾਈਮ ਬਰਬਾਦ ਕਰਨਾ ਕੋਈ ਫਾਇਦਾ ਨਹੀਂ। ਹਾਂ ਕੱਪੜੇ ਬਦਲਦੇ ਆ ਤੇ ਆਪਾਂ ਖਾਣਾ ਵੀ ਬਾਹਰ ਹੀ ਖਾਇਆ ਮੰਗੇ। ਪਤੀ ਆ ਇੱਥੇ ਤੂੰ ਕਿਹੜਾ ਮੈਨੂੰ ਪਰੌਂਠੇ ਲਾ ਕੇ ਦੇਵੇਂਗੀ, ਲੱਤਾਂ ਤਾਂ ਦੁਖੀ ਆਉਂਦੀਆਂ ਮੇਰੀਆਂ, ਕਿਹੜੇ ਪਰੌਂਠੇ ਬਾਲਦਾ ਮੇਰੇ ਤੋਂ, ਮੈਂ ਤੂੰ ਪੈਰਾਂ ਨਾਲ ਆਟਾ ਗੁੰਨਣਾ ਹੈਗਾ। ਤੂੰ ਨਾ ਜ਼ਬਾਨ ਨਾਲ ਲੜਾਇਆ ਕਰ ਮੇਰੇ ਨਾਲ, ਜੇ ਤੈਨੂੰ ਇੰਨੀ ਭੁੱਖ ਲੱਗੀ ਹੈ ਨਾ ਇੱਥੇ ਬਣਾ ਦੇ ਮੈਂ ਵੀ ਖਾ ਲੂੰਗੀ। ਜਾ ਮੈਥੋਂ ਨਹੀਂ ਬਣਦੇ, ਮੈਂ ਕਿਉਂ ਬਣਾਵਾਂ, ਜਿੰਨਾ ਤੇਰਾ ਜ਼ੋਰ ਲੱਗਦਾ ਨਾ ਉਹ ਤੋਂ ਦੁੱਗਣਾ ਮੇਰਾ ਲੱਗਦਾ। ਲੱਗਦਾ ਦੁੱਗਣਾ ਤੇਰਾ, ਅੱਖਾਂ ਬੰਦ ਕਰਕੇ ਬੈਠੀ ਰਹਿਣੀ ਹੈਗੀ। ਚੱਲ ਵੇ ਚਾਣਾ ਤਾਂ ਚੁੱਪ ਕਰਕੇ ਤੁਰ ਲਾ, ਮੈਂ ਆਉਂਦੀ ਹਾਂ, ਜਾ ਭੱਗ ਜਾ, ਦਿਮਾਗ ਖਾਈ ਜਾਊਗਾ ਬੈਠਲਾ। ਦਿਮਾਗ ਤਾਂ ਤੂੰ ਖਾਂਦੀ ਹੈ, ਬਸ ਠੀਕ ਆ ਤੈਨੂੰ ਮੈਂ ਮਿਲ ਗਿਆ, ਉਹ ਗੱਲ ਆ ਜਿੱਧਰ ਜੀ ਕਰਦੇ ਕੰਨ ਫੜ ਕੇ ਤੋਰ ਲੈਂਦੀ ਹੈ। ਜਾਓ ਉਹ ਸੀ ਗੇਟ, ਫਸ ਗਿਆ ਮੈਂ ਤਾਂ। ਨਿਕੰਮਾ ਬੰਦਾ, ਉਹੀ ਗੱਲ ਹੈ ਨਾ, ਆਪ ਪੂਰ ਚੜ੍ਹਨਾ ਨਾ ਚੜ੍ਹਨ ਦੇਣਾ ਹੈ ਬਾਈ। ਹਾਂ ਭੈਣੇ, ਤੂੰ ਗਾਡੀ ਮੋਂ ਉਤਰ ਕੇ ਗਈ ਨਹੀਂ ਬਾਬੇ ਕੋਲੇ? ਭੈਣੇ ਮੈਨੂੰ ਤਾਂ ਡਰ ਜਿਹਾ ਲੱਗਦਾ ਸੀਗਾ, ਮੈਂ ਐਵੇਂ ਬਾਬਾ ਹੋਰ ਹੀ ਬੋਲੀ ਜਾਂਦਾ ਰਹਿੰਦਾ, ਪਿਛਲੀ ਵਾਰ ਜਦੋਂ ਅਸੀਂ ਗਏ ਸੀ ਨਾ ਉਦੋਂ ਹੋਰ ਹੀ ਅੱਖਾਂ ਜਾਂ ਕੜਕੜ ਡਰਾਉਂਦਾ ਸੀ, ਮੈਂ ਤਾਂ ਹੀ ਨਹੀਂ ਗਿਆ। ਬਾਤ ਤਾਂ ਬਾਈ ਤੇਰੀ ਸਹੀ ਹੈ, ਹੁਣ ਪੁੱਛਿਆ ਤਾਂ ਕਹਿ ਪਾਂਚਵਾਂ ਬੰਦਾ ਕਹਿਠਾ, ਕਹਿ ਇੱਕ ਬੰਦਾ ਉਹ ਰਹੇ ਤਾਰੇ ਨਾਲ, ਮੈਂ ਤਾਂ ਇੱਕ ਦੂਸਰੇ ਕਬੂਤੜਕ ਨਹੀਂ ਦੇਖੀਏ, ਮੈਂ ਕਹੀ ਵੀ ਇਹਨੂੰ ਕੀ ਕਹੀਏ। ਭੈਣੇ ਇਹ ਤਾਂ ਅੰਦਾਜ਼ੇ ਲਾਉਂਦੇ ਹੁੰਦੇ ਨੇ, ਬਾਕੀ ਉਹਨੂੰ ਪਤਾ ਹੀ ਸੀ, ਦੇਖ ਬਾਹਣਾ 'ਚ ਦੂਰੇ ਦੀਂਦੇ ਹੀ ਸੀ ਵੀ ਗੱਡੀ ਖੜੀ ਹੈ, ਬੁੜੀਆਂ ਤਾਂ ਚਲਾ ਕੇ ਲਿਆਈਆਂ ਨਹੀਂ ਹੋਣੀਆਂ, ਇੰਨਾ ਕੁ ਤਾਂ ਇਹ ਅੰਦਾਜ਼ਾ ਲਾ ਹੀ ਲੈਂਦੇ ਹੁੰਦੇ ਨੇ। ਹਾਂ ਬਾਈ ਲੈ ਮਾਸੀ ਆਹ ਬਾਤ ਆਪਾਂ ਨੇ ਸੋਚੀ ਹੋਈ ਨਹੀਂ। ਹਾਂ ਕੁੜੇ ਨਾ ਫਿਰ ਚੱਲ ਇਹ ਤਾਂ ਹਾਂ ਹੀ ਕਹਿਤਾ ਹੋਊਗਾ, ਹਾਂ ਪਤਾ ਲੱਗ ਗਿਆ ਹੋਊ ਬੁੜੀ ਤਾਂ ਚਲਾ ਨਹੀਂ ਸਕਦੀ ਗੱਡੀ, ਬੰਦਾ ਲਿਆਇਆ ਹੋਊਗਾ, ਅਤੇ ਫਿਰ ਰਾਹ ਜਾਏ ਕਿਵੇਂ ਪਤਾ ਲੱਗ ਗਿਆ ਕਿ ਤੁਹਾਡੇ ਘਰੇ ਕਿਸੇ ਨੇ ਇਤਰਾਜ਼ ਕੀਤਾ, ਤੁਹਾਡਾ ਤਾਂ ਟਾਲਾ ਨਹੀਂ ਲੱਗਿਆ ਹੈਗਾ, ਤਾਂ ਨਹੀਂ ਇਹਨੂੰ ਆਰਾਮ ਆਇਆ ਚਿਰਨ ਮੇਰੇ ਜੇ ਕਰਦਾ ਹੈ। ਕਿਉਂ ਤੁਸੀਂ ਉਹੀ ਬੁੜੀਆਂ ਵਾਲੀਆਂ ਗੱਲਾਂ ਕਰਦੇ ਹੁੰਦੇ ਹੋ, ਉਹਨਾਂ ਨੂੰ ਪਤਾ ਹੀ ਹੁੰਦਾ ਹੈਗਾ ਵੀ ਬੁੜੀਆਂ ਇਸ ਚੀਜ਼ ਦੇ ਮਗਰ ਲੱਗ ਜਾਂਦੀਆਂ, ਬੰਦੇ 100 ਦੇ ਵਿੱਚੋਂ 99 ਲੱਗਦੇ ਨਹੀਂ ਹੁੰਦੇ। ਸਹੀ ਗੱਲ ਹੈ, ਹੋਰ ਸਹੀ ਬਾਤ ਹੈ ਬਾਈ। ਕੀ ਭਾਈ ਕੀ ਪੁੱਜ ਗਏ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੈਗੀ ਕੀ ਕਰੀਏ ਕੀ ਨਾ ਕਰੀਏ। ਹੈ ਮੇਰੀ ਬਾਤ ਸੁਣ ਮਾਸੀ, ਮੈਨੂੰ ਤਾਂ ਬਾਈ ਉਸ ਲੈ ਕੱਖ ਨਹੀਂ ਲੱਗਿਆ, ਜਿਸ ਤਰ੍ਹਾਂ ਕਿਉਂ ਬਾਤਾਂ ਕਰੇ ਤੀ, ਕਿ ਤਾਂ ਇੱਕ ਉਹ ਬਠਿਆ ਰੱਖਿਆ ਤਾਂ ਇੱਕ ਹੋਰ ਅੰਗਰੇਜ਼ ਸਾ ਕੋਲ ਲੈ, ਉਹ ਮੈਨੂੰ ਤਾਂ ਉਸਕੀ ਨਹੀਂ ਸਮਝ ਆਈ ਵੀ ਉਹ ਬੰਦਾ ਕਿਹਾ ਉਹ ਕੇ ਹੈ। ਉਹ ਤਾਂ ਨਾਲ ਹੀ ਹੁੰਦਾ ਚੇਲ ਹੈ ਫਿਰ ਉਹਦਾ, ਕੀ ਪਤਾ ਚੇਲ ਲੈ ਕੇ ਖਾਊ ਪੀ ਰਹੇ ਕਿਸ ਤਰ੍ਹਾਂ ਇਕੱਠੇ ਕਰ ਰੱਖੇ। ਦੇਖ ਲੈ ਮੁਗਦਾ ਹੋਇਆ ਪਿਆ ਹੈਗਾ, ਮੈਨੂੰ ਤਾਂ ਕੋਈ ਚੇਲਾ ਨਹੀਂ ਲੱਗਦਾ ਹੈਗਾ, ਰੁਪਈਏ ਉਹੀ ਤੁਸੀਂ ਗੱਲ 21,000 ਅੱਜ ਫੜਾਇਆ ਜਾਂਦਾ, 5-6,000 ਉਦੇ ਫੜਾਇਆ ਜਾਂਦਾ ਸੀਗਾ। ਚੱਕ ਮੂੰਹ ਜਾਂਚ ਪੜਤਾਲ ਤੋਂ ਕਰਦੀ ਨਹੀਂ ਹੈਗੀ ਕਿਸੇ ਬਾਤ ਕੀ। ਉਹ ਜਾਂਚ ਪੜਤਾਲ ਨੂੰ ਹੁਣ ਮੈਨੂੰ ਕੀ ਪਤਾ ਹੈ, ਮੈਂ ਕਿ ਉਹਨਾਂ ਦੇ ਪੋਤੜੇ ਫਰੋਲੇ ਨੇ ਵੀ ਕੋਈ ਕਿਹਾ ਜਾ ਬਾਬਾ ਹੈ ਕੋਈ ਸੱਚਾ ਹੈ ਕਿ ਝੂਠਾ, ਜਿਵੇਂ ਕੋਈ ਤੇਰੇ ਮੇਰੇ ਵਰਗੀ ਦੱਸ ਪਾ ਦਿੰਦੀ ਹੈ ਲੈ ਕੇ ਤੁਰ ਜਾਂਦੇ ਆ, ਫਿਰ ਤੁਸੀਂ ਆਖੋਗੇ ਸਾਡੀ ਕੁੜੀ ਦਾ ਵੀ ਇਲਾਜ ਨਹੀਂ ਕਰਾਉਂਦੇ। ਹੈਂ
ਦੱਸ ਮੈਂ ਤਾਂ ਫਸੀ ਹੋਈ ਆ, ਮੈਂ ਬਾਹਲੀ ਫਸੀ ਆ, ਮੇਰੇ ਜਿੰਨਾ ਕੋਈ ਨਹੀਂ ਫਸਿਆ। ਕਾਹਨੂੰ ਫਸੀ ਹੋਈ, ਦੇਖ ਕੰਮ ਕਾ ਟਾਈਮ ਤਾਂ ਉਹ ਨਿਕਲ ਜਾਏਗਾ, ਇੱਕ ਦੋ ਦਿਨਾਂ ਕਾ ਹੋਰ ਕੰਮ ਹੈ। ਮਾਰਿਆ ਪਿੰਡੇ ਸਿਆਣਾ ਤੋਂ ਖੜੇ ਹੀ ਦੱਸ ਦੇਗਾ ਵੀ ਇਸਮੈਂ ਕੇ ਚੀਜ਼ ਹੈਗੀ ਆ, ਕੇ ਚੀਜ਼ ਨਹੀਂ ਹੈਗੀ, ਜਾ ਕੇ ਪਖੰਡ ਕਰੇ। ਅੱਛਾ ਹਾਂ, ਨਿਊ ਮਾਰਿਆ ਕੜਿਆਨੇ ਸਿੱਧੀ। ਫਿਰ ਹੁਣ ਮੈਂ ਐਂ ਕਹਿੰਦੀ ਹਾਂ ਫਿਰ ਇੱਧਰ ਛੱਡ ਕੇ ਹੁਣ ਇੱਧਰ ਤੁਰ ਪਾਂਗੇ। ਉਹ ਬਸ ਬੀਬੀ ਆਪਾਂ ਕੀ ਲੈਣਾ ਹੈਗਾ, ਮੈਂ ਤੁਹਾਨੂੰ ਪਹਿਲਾਂ ਕਹੀ ਜਾਂਦਾ ਛੱਡੋ ਫਿਰੇ, ਜਿਵੇਂ ਹੈਗੀ ਹੈ ਚੱਲੀ ਜਾਣ ਦਿਓ, ਆਪਾਂ ਨਹੀਂ ਜਾਂਦੇ ਹੁਣ ਕਿਸੇ। ਨਹੀਂ ਆ ਬਾਈ, ਉਹ ਦੇਣ ਲੈਣ ਕੀ ਭੁੱਖੀ ਨਹੀਂ ਹੈਗੀ, ਉਹ ਪੈਸਾ ਟਕਾ ਕੁਛ ਨਹੀਂ ਮੰਗਦੀ ਭੈਣੇ। ਪਹਿਲਾਂ ਤਾਂ ਐਂ ਕਹਿੰਦੇ ਹੁੰਦੇ ਨੇ ਸਾਰੇ, ਬਾਅਦ ਦੇ ਵਿੱਚ ਇਹ ਦੱਸਣ ਲੱਗ ਜਾਂਦੇ ਨੇ, ਚੀਜ਼ਾਂ ਗਣਾਉਣ ਲੱਗ ਜਾਂਦੇ ਨੇ ਵੀ ਇੰਨੇ ਹਜ਼ਾਰ ਲਵਾਂਗੇ ਆਹ ਚੀਜ਼ਾਂ ਲਿਆ ਦਿਓ, ਫਿਰ ਮੁੜ ਕੇ ਬੰਦਾ ਬੋਲ ਨਹੀਂ ਸਕਦਾ ਸਾਡੇ ਨਾਲ ਕਿੰਨੇ ਵਾਰੀ ਤਾਂ ਹੋਊਗੀ। ਉਹ ਬਾਈ, ਜਦ ਮੈਂ ਹੈਗੀ ਹੂੰ ਵਿੱਚ, ਮੈਂ ਤਾਂ 1 ਰੁਪਈਆ ਨਾ ਦਿਉਂ ਤਾਂ ਜਾਰਾ ਕੀ ਬਾਤ ਕਰਾਂ, ਮੈਂ ਨਹੀਂ ਪੰਜੀ ਦਿੰਦੀ ਉਸ ਨੂੰ, ਕੁਛ ਮਰਜ਼ੀ ਹੋ ਜਾਏ ਚਾਹੇ। ਨਹੀਂ ਫਿਰ ਇੰਨੇ ਤਾਂ ਹੁਣ ਇੱਧਰ ਫਸਾਈ ਬੈਠੇ, 7 ਚਮਕੀਆਂ ਕਿਹਾ, 7 ਚਮਕੀਆਂ ਲਾ ਕੇ ਦੇਖ ਲਈਏ, ਹੁਣ ਇਹੋ ਜਿਹੀ ਬੋਲੀ ਕਮਲੀ ਵੀ ਨਹੀਂ ਬਿਠਾਈ ਜਾਂਦੀ। ਹੁਣ ਰਾਜ ਤਾਂ ਐਂ ਕਹਿੰਦਾ ਮਾਂ ਚੱਲ ਫਿਰਦੀ ਰਹਿਣ ਦੇ, ਹੁਣ ਕਿਵੇਂ ਰੱਖੀ ਆ ਇਸ ਲੋਟੇ ਨੂੰ। ਪਹਿਲਾਂ ਤਾਂ ਮੈਨੂੰ ਨਿਊ ਬਤਾ, ਜਦ ਪਹਿਲੇ ਦਿਨ ਉਸ ਲਵੇ ਗਈ ਤੀ ਚੌਂਕੀ ਬਰਨ, ਕਿਸੇ ਕੀ ਸਲਾਹ ਲਈ ਤੀ, ਬਾਅਦ ਮੈਂ ਤਾਂ ਮੈਨੂੰ ਮਲਿਆਲ ਪਿਓ ਖੜਕਾ ਦੀ ਵੀ ਬਈ ਆ ਜਾ ਤਾਰੀ ਛੋਰੀ ਢਿੱਲੀ ਹੋ ਰਹੀ ਹੈ, ਤਾਂ ਮੈਨੂੰ 1 ਵਾਰੀ ਪਹਿਲੇ ਪੁੱਛ ਲੈਂਦੀ ਵੀ ਜਾਣਾ ਹੈ ਜਾਂ ਨਹੀਂ ਜਾਣਾ। ਇਹ ਦੂਸਰੀ ਦਿਨ ਨਾਲ ਤਾਂ ਦੂਸਰੀ ਚੌਂਕੀ ਹੋ ਗਈ, ਨਾਲੇ ਰੱਤੀ ਵਰਕ ਛੋਰੀ ਨੂੰ ਫਰਕ ਨਹੀਂ ਹੈਗਾ, ਕੀ ਫਾਇਦਾ ਪੈਸੇ ਦੇਵਾਂਗਾ। ਨਹੀਂ ਕੀ ਕਰਾਂ, ਮੇਰਾ ਤਾਂ ਦਿਮਾਗ ਮੋਟਾ ਹੋ ਰਿਹਾ ਪ੍ਰੀਤ, ਮੈਂ ਤਾਂ ਬਾਹਲੀ ਦੁਖੀ ਹੋਈ ਪਈ ਹਾਂ, ਮੈਨੂੰ ਤਾਂ ਕੁਛ ਨਹੀਂ ਔੜਦੀ, ਮੈਨੂੰ ਤਾਂ ਸਾਡੀ ਗੁਆਂਢਣ ਨੇ ਕਹਿਤਾ ਸੀ ਮੈਂ ਲੈ ਚੱਲਦੀ ਹਾਂ, ਮੈਂ ਤਾਂ ਉਹਦੇ ਨਾਲ ਉੱਠ ਕੇ ਤੁਰ ਪਈ, ਭੈਣੇ ਆਹਦੀ ਕੁਛ ਨਹੀਂ ਲੈਂਦੇ, 10 ਰੁਪਏ ਮੱਥਾ ਟੇਕਦੀ, 10 ਰੁਪਏ ਮੱਥਾ ਟਕਿਆ ਕੇ ਕਹਿ ਕੇ ਅਤੇ ਆਹ ਵੇਖ ਲੈ ਹਜ਼ਾਰਾਂ ਨੂੰ ਥਾਂ ਕਰ ਦੇਖ ਲੈ ਬਾਈ। ਉਹ ਗੁਆਂਢਣ ਕੀ ਬਾਤ ਕਰੇ, ਕੇ ਉਹ ਬੋਰੀ ਸੀ ਬੁਰੀ ਮੈਸੇਜ, ਉਹਨਾਂ ਤੋਂ ਕੰਮ ਕਰਾ ਨਾ ਦਾਮ ਕਰਾ ਖਾ ਖਾ ਕੇ ਨਿਊ ਰਿਹਾ ਪਾਟਣ ਪੈ। ਭੈਣੇ ਹਜ਼ਾਰਾਂ ਵਾਰੀ ਕਿਹਾ ਵੀ ਆਂਡੀਆਂ ਗਵਾਂਢੀਆਂ ਦੀਆਂ ਗੱਲਾਂ ਨਾ ਸੁਣਿਆ ਕਰੋ, ਤੁਹਾਨੂੰ ਪਤਾ ਹੀ ਹੈਗਾ ਅੱਜ ਕੱਲ੍ਹ ਕੌਣ ਕਿਸੇ 'ਤੇ ਰਾਜ਼ੀ ਹੁੰਦਾ, ਸਾਰੇ ਇਹਨਾਂ ਨੂੰ ਲੋਕਾਂ ਨੂੰ ਐਂ ਹੁੰਦਾ ਵੀ ਇਹਨਾਂ ਦੇ ਰੁਪਈਏ ਲੱਗਣ, ਕਦੇ ਕਿਸੇ 10 ਪਾ ਆਉਂਦੇ ਨੇ, ਕਦੇ ਕਿਸੇ 10 ਪਾ ਆਉਂਦੇ ਨੇ, ਉਹੀ ਗੱਲ ਕੀ ਪਤਾ ਘਰੇ ਜਾ ਕੇ ਅਗਲੇ ਹੱਸਦੇ ਹੀ ਹੋਣ ਆਪਣੇ 'ਤੇ। ਉਹਦੇ ਤੋਂ ਬਾਅਦ ਤਾਂ ਬਾਈ ਨਾਲੇ ਛੋਰੀ ਨੂੰ ਕੁਛ ਨਹੀਂ ਹੋਇਆ, ਤਾਂ ਤੁਹਾਡਾ ਮਣਕਾ ਵਹਿਮ ਹੈ, ਮਾੜੀ ਮੋਟੀ ਚਾਹੇ ਰੋਕ ਰੁੰਨਣ ਹੋ ਗਈ ਹੋਣੀ ਬਾਈ, ਉਹ ਸੁੱਖ ਸਿਰਨੀ ਕੋਈ ਲਾਈ ਹੋਣੀ ਜਦ ਵਿਆਹ ਕਰੇ, ਕੋਈ ਇਤਨਾ ਕੀ ਬਾਤ ਹੋਣੀ, ਹੋਰ ਕੁਛ ਨਹੀਂ ਹੈਗਾ। ਨਹੀਂ ਮੈਂ ਤਾਂ ਆਪਦੀ ਜਾਣੋ ਕੋਈ ਕੱਚ ਨਹੀਂ ਛੱਡੀ ਹੈਗੀ, ਸਭ ਕੁਛ ਆਪਦੇ ਜਾਣੋ ਸਾਰਾ ਕੁਛ ਸਹੀ ਮਨ ਮਨੌਤੀ ਕਰ ਲਈ ਸੀਗੀ ਵਿਆਹ ਵੇਲੇ, ਹੈਂ ਕਿਹੜੀ ਮਾਂ ਆਏਗੀ ਜਿਹੜੀ ਮਨ ਮਨੌਤੀ ਨਹੀਂ ਕਰੂਗੀ ਆਪਦੇ ਧੀਆਂ ਪੁੱਤਾਂ ਦੇ ਕਾਰਜ ਕਰਨ ਵੇਲੇ। ਤੂੰ ਮੇਰੀ ਗੱਲ ਸੁਣ, ਮੇਰੀ ਧੀ ਬਣ ਕੇ ਤੂੰ ਇਹਨੂੰ ਇਕੱਲੀ ਨੂੰ ਪਰਾਂ ਬਿਠਾ ਕੇ ਪੁੱਛ ਲੈ, ਮਾੜਾ ਮੋਟਾ ਵਢਿਆ ਕੇ ਪੁੱਛ ਲੈ ਕੀ ਗੱਲ ਹੈ, ਕੀ ਬਾਤ ਹੈ, ਇਹਨੂੰ ਕੁਛ ਦੀਂਦ ਹੈ ਕੀ ਹੈ, ਤੈਨੂੰ ਕੁਛ ਦੱਸ ਦੂ ਸਾਨੂੰ ਤਾਂ ਨਹੀਂ ਗੱਲ ਹੈ ਭੈਣੇ, ਤੂੰ ਪੁੱਛ ਇਹਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਵੜਿਆ ਕੇ ਤੈਨੂੰ ਦੱਸ ਵੀ ਦੇਊਗੀ ਗੱਲ ਇਹ, ਫਿਰ ਦੇਖਦੇ ਆ ਕੀ ਪਤਾ, ਹੁਣ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਡਾ ਕਿਹੜਾ ਦਾ ਬਾਬਾ ਰੁੱਸ ਗਿਆ ਸੀ, ਕੀ ਕਰੀਏ ਕੀ ਕਰੀਏ। ਚੱਲ ਕੋਈ ਬਾਤ ਨਹੀਂ ਬਾਈ, ਮੈਂ ਕਰੂੰਗੀ ਛੋਰੀ ਗੱਲ ਹੈ ਬਾਤ, ਦੁੱਧ ਕਾ ਦੁੱਧ ਔਰ ਪਾਣੀ ਕਾ ਪਾਣੀ ਇਹ ਵੀ ਨਿੱਤਰ ਜੇਗਾ। ਹੋਰ ਕੁੜੇ ਹਾੜੇ ਮੇਰੀ ਧੀ ਇਹ ਕੰਮ ਕਰ, ਮੈਂ ਤਾਂ ਨਾ ਕਦੇ ਕਦੇ ਐਂ ਲੱਗਦਾ ਮੈਨੂੰ ਤਾਂ ਵੀ ਮੈਂ ਤਾਂ ਆਪਦਾ ਜਵਾਕ ਡੰਡ ਲਿਆ, ਕਿਹੜਾ ਵਿਆਹ ਹੈ ਇਹ, ਮਾਸੀ ਕਿਸੀ ਬਾਤ ਕਰਾਂ, ਮਾਰੀ ਛੋਰੀ ਮੈਂ ਕਿਹੜਾ ਕੋਈ ਕਮੀ ਹੈ ਡਾਂਡਣ ਨੂੰ, ਚੰਗੀ ਭਲੀ ਤੀ ਜਦ ਰਿਸ਼ਤਾ ਕਰਿਆ ਤਾਂ ਇਹਦਾ ਤਾਰੇ ਕਰਮਾਂ ਵਾ, ਕੋਈ ਹੇਰ ਫੇਰ ਹੈ ਉਈ ਨਾ, ਮਾਰੀ ਛੋਰੀ ਨੂੰ ਦੋਸ ਦਿਓ। ਉਹਦੇ ਨਾਲ ਗੱਲ ਕਰੀ ਚੰਗਾ, ਪੁੱਛੀ ਉਹਨੂੰ ਬਾਤ ਤੋਂ ਕੇ ਚੱਲ ਰਹੀ ਹੈ, ਤੂੰ ਕਹਿ ਮਾਰੇ ਕਰਮਾਂ ਕਾ ਡੰਡ ਹੋ ਗਿਆ ਫਲਾਣਾ ਹੋ ਗਿਆ, ਤਾਂ ਫਿਰ ਪੁੱਠੀ ਬਾਤ ਹੈ ਤਾਰੀ, ਹੈ ਨਹੀਂ ਰਿਸ਼ਤੇਦਾਰੀ ਵਰਤਣ ਵਾਲੀ, ਫਿਰ ਮੈਂ ਤੈਨੂੰ ਬਤਾ ਦਿਆਂ। ਹਾਂ ਤੂੰ ਗੁੱਸਾ ਕਰਦੀ ਹੁੰਨੀ ਹੈ, ਤੂੰ ਕੋਈ ਨਹੀਂ ਇਹ ਤਾਂ ਬੀਬੀ ਉਹੀ ਕਹਿੰਦੀ ਹੈ ਮਾੜੀ ਮੋਟੀ ਗੱਲ, ਤੂੰ ਐ ਨਾ ਗੁੱਸਾ ਕਰਿਆ ਕਰ। ਗੁੱਸੇ ਵਾਲੀ ਬਾਤ ਨਹੀਂ ਬਾਈ, ਤੂੰ ਦੇਖ ਲੈ ਮੈਂ ਵੀ ਕੰਮ ਛੋੜ ਕੇ ਇੱਥੇ ਬੈਠੀ ਹੂੰ, ਨਹੀਂ ਤੈਨੂੰ ਪਤੀ ਹੈ ਮੇਰਾ ਸੱਸ ਪਤੋਂ ਬਾਈ ਤੁਰੀ ਨਹੀਂ ਜਾਂਦਾ, ਗੋਡਿਆਂ 'ਤੇ ਊਂ ਬੈਠੀ ਉਹ ਵਿਚਾਰੀ, ਹੈ ਤੜਕੀ ਮੈਂ ਚੱਕਾ ਜੋੜਾ ਬੱਸ ਪਾਈ ਚੜ੍ਹ ਕੇ ਆਈ ਹੂੰ, ਦੁਬਾਰਾ ਫਿਰ ਪਿੰਡ ਜਾਊਂਗੀ। ਕਮਾਲ ਹੋ ਰਹੀ ਵਾਲੇ ਕੋਈ ਉਹ ਨਹੀਂ ਮੰਨਦਾ ਵੀ ਹਾਂ ਬਾਈ ਆਏ ਆ ਰਿਸ਼ਤੇਦਾਰ। ਕੁੜੇ ਫਿਰ ਆਈ ਆ ਰਿਸ਼ਤੇਦਾਰ ਨੂੰ ਤਾਂ ਨਹੀਂ ਮੈਂ ਕਹਿੰਦੀ ਹਾਂਗੀ ਤੈਨੂੰ, ਤੈਨੂੰ ਤਾਂ ਨਹੀਂ ਮੈਂ ਕੁਛ ਕਿਹਾ, ਆਪਦੇ ਕਰਮਾਂ ਨੂੰ ਦੋਸ਼ ਦਿੰਦੀ ਹਾਂ ਵੀ ਮੈਂ ਆਪਦਾ ਜਵਾਕ ਕਿਉਂ ਡੰਡ ਲਿਆ, ਮੈਂ ਤਾਂ ਐਂ ਕਿਹਾ ਵੀ ਤੂੰ ਤਾਂ ਗੁੱਸਾ ਕਰ ਗਈ ਮਾੜੀ ਜਿਹੀ ਗੱਲ ਦਾ।
ਜੈ ਹੋ। ਇਹ ਕੀ ਹੈ ਜੈ ਨੂੰ? ਕੀ ਹੋ ਰਿਹਾ ਤੈਨੂੰ? ਬਸ ਕੀ ਤੇਰਾ ਨਾਕ ਲੜਾ ਹੈ? ਐ ਕਰਦੇ ਸੀ ਨਾ ਜੈ ਹੋ, ਇਹ ਉਹ ਤਾਂ ਕਰੇ ਤੂੰ ਕਾਸ ਭੁੱਖ ਰਹੇ? ਤੇਰਾ ਕਿ ਦਿਮਾਗ ਹਲ ਰਿਹਾ ਤੇਰਾ? ਕੀ ਹੋ ਰਿਹਾ? ਵਧੀਆ ਲੱਗਦਾ ਸੀ ਉਹ ਤਾਂ ਜਾਣਦੇ ਮੇਰੇ ਕੋਲ ਦੋ ਮਾਰੂਗੀ ਕਾਨ ਕੀ ਜੜਮਾ, ਤੂੰ ਤਾਂ ਬਚ ਗਈ ਮੇਰੇ ਕੋਲ, ਕੋਈ ਨੀ ਬਚਦੀ ਤੂੰ, ਇਹ ਕਾਟ ਦੂੰ ਕਬੂਤ ਤੇਰੇ। ਬੀਬੀ ਕੇ ਮੰਗੇ? ਬੀਬੀ ਪੋਂ ਤੋਂ ਪਹਿਲੀ ਨੀ ਮਾਨ ਹੈਗੀ ਮੇਰੀ, ਬਸ ਹੁਣ ਤੂੰ ਬਹੁਤ ਸਿਆਣੀ ਹੈ ਨਾ, ਸਿਆਣੀ ਸੋਹਰੀ ਹੈ, ਮੇਰੀ ਬਸ ਸੁਣ, ਤੂੰ ਮੈਨੂੰ ਨਿਊ ਬਤਾ, ਜਦ ਤਾਂ ਸੋਆ ਤੈਨੂੰ ਕੋਈ ਭੂਤ ਪ੍ਰੇਤ ਦਿਸਿਆ, ਕੋਈ ਕੋਈ ਬਾਜ ਪੜੈ ਵੀ ਕੋਈ ਤੈਨੂੰ ਬਾਜ ਮਾਰਦਾ, ਉਹ ਦਿਸਦਾ ਨੀ? ਬੀਬੀ ਬਾਜਾਂ ਮਾਰਦੀ ਆ। ਅਰੇ ਉਹ ਤਾਂ ਊਈ ਬੋਲੀ ਜਾਏ, ਉਸਕਾ ਤਾਂ ਦਿਮਾਗ ਖਰਾਬ ਹੈ। ਔਰ ਔਰ ਕੋਈ ਦਿਖਦਾ ਉਹ? ਕੋਈ ਭੂਤ ਪ੍ਰੇਤ ਕੋਈ ਚੜੇਲ ਦਿਖਦੀ ਉਹ? ਕੋਈ ਫਿਰ ਤਾਂ ਨਿਊ ਕਾਸ ਪੋ ਕਰਿਆ ਕਰੇ? ਕੀ ਕਰਦੀ ਹਾਂ ਮੈਂ? ਇਹ ਕਸ ਰਿਹਾ ਕੋਈ ਕਰਨ ਨੂੰ? ਕੀ ਕੀ ਆ ਯਾਰ, ਜਵਾਕਾਂ ਨੂੰ ਕਿਉਂ ਚੌੜ ਕਰੇ? ਨਿਊ ਕਹੂ ਮੈਂ ਤੋ, ਕੰਮ ਕਰ ਲਿਆ ਕਰ ਘਰ ਕਾ। ਸਾਰਾ ਕਰਦੀ ਹਾਂ ਮੈਂ ਕੰਮ। ਕੀ ਕੰਮ ਕਰੇ? ਬੀਬੀ ਸਾਰਾ ਕੰਮ ਕਰਾਉਂਦੀ ਹੁੰਦੀ ਮੈਂ ਤੋ। ਤੂੰ ਕੋਈ ਕੰਮ ਨੀ ਕਰਦੀ, ਮੇਰੀ ਬਾਤ ਸੁਣ ਲੈ ਧਿਆਨ ਨਾਲ, ਕੰਮ ਕਰ ਲਿਆ ਕਰ ਘਰ ਕਾ ਸਾਰਾ, ਤੇਰੀ ਸੱਸ ਨਾਲ ਕੰਮ ਕਰਾ ਦਿਆ ਕਰ। ਨੀ ਉਸਕਾ ਨਿਊ ਨੀ ਪਤਾ ਤੈਨੂੰ ਕਠਾ ਦੇ ਗਿਆ ਵਾ ਜਾ ਕੇ। ਫਿਰ ਮੈਂ ਤੇਰੇ ਕੋਲ ਆ ਜੂ। ਮੇਰਾ ਕੋਲ ਕੀ ਕਰੇਂਗੀ ਆ ਕੇ? ਮੈਂ ਤਾਂ ਪਹਿਲੀ ਦੁਖੀ ਉਹਦਾ ਕੰਮ ਕਰਦੀ, ਤੂੰ ਵੀ ਮੇਰੇ ਕੋਲ ਆ ਜਾ, ਮੈਨੂੰ ਤਾਂ ਪਾ ਦਿਓ ਸਾਰਾ ਟੱਬਰ ਰਲ ਕੇ। ਮੇਰੀ ਬਾਤ ਸੁਣ ਧਿਆਨ ਨਾਲ ਸੁਣ, ਜੇ ਤਾਂ ਤੈਨੇ ਕੁਛ ਦਿਖਿਆ ਉਹ ਬਤਾ ਦੇ, ਜੇ ਤੈਨੂੰ ਨਹੀਂ ਕੁਛ ਦਿਖਦਾ ਫਿਰ ਮੈਂ ਡਾਕਟਰ ਦੋਹਰੇ ਲੈ ਜਾਊਂਗਾ, ਦਵਾਈ ਦਵਾ ਦਿਆਂਗੇ। ਡਾਕਟਰ ਕੋਲ ਆਓ ਨਾ, ਮੈਨੂੰ ਜਾਣਾ, ਡਾਕਟਰ ਤੋਂ ਟੀਕਾ ਲਾ ਦੂੰ। ਇਹ ਫਿਰ ਇਹਨਾਂ ਤੋਂ ਤਾਂ ਬਚ ਜਾਏਗੀ, ਉਹ ਗਮਾਈ ਜਾਏ ਸਰ, ਪਤਾ ਨਹੀਂ ਕੁਛ ਹੈਗਾ ਕਿ ਨਹੀਂ ਹੈਗਾ, ਜੇ ਨਹੀਂ ਕੋਈ ਚੁੰਬੜੀ ਹੋਈ ਚੜੇਲ ਤਾਂ ਵੀ ਚਮੇਟ ਦੇਂਗੇ, ਕਹਿਣਗੇ ਇਸ ਮੈਂ ਤਾਂ ਭੂਤ ਹੈ। ਸੋਚੀ ਹੋਰ ਕੇ, ਤਾਂ ਹੀ ਕਹੂੰ ਤਾਂ ਸਿਆਣੀ ਬਣ ਕੇ ਰਿਹਾ ਕਰ ਨਿਊ ਨਾਕ 'ਚ, ਅਸਮੇ ਤਾਂ ਤੇਰੇ ਮੈਂ ਕੋਈ ਭੂਤ ਹੈ ਨਹੀਂ, ਇਹ ਤਾਂ ਮੈਨੂੰ ਪਤਾ। ਜੇ ਕੁਛ ਹੈਗਾ ਵੀ ਹੈ ਤਾਂ ਉਸ ਪੈ ਮਾੜਾ ਮੋਟਾ ਆਪਣਾ ਦਾਬਾ ਪਾਇਆ ਕਰ, ਸੁਣ ਗਿਆ ਕੁਛ ਕੇ ਨਾ? ਇਹ ਬੈਠਾ ਬੈਠੀ ਕੀ ਕਰਾਂ, ਸੀਸਾ ਲੈ ਰਹੀ ਹੈ ਕਿਤੇ ਨਹੀਂ, ਕੀ ਹੋ ਰਿਹਾ ਸੀਸਾ ਦੇਖਣ ਨੂੰ? ਸੀਸਾ ਨਹੀਂ ਦੇਖਿਆ ਕਰਦੇ ਸੀਸੇ ਮੈਂ ਤਾਂ, ਭੂਤ ਹੋਇਆ ਕਰਾਂ, ਭੂਤ ਦਿਖਿਆ ਕਰਾਂ ਜੇ ਸੀਸਾ ਦੇਖਿਆ ਕਰਾਂ। ਹਾਂ ਠੀਕ ਆ, ਚੱਲ ਖੜੀ ਹੋ ਲੈ, ਕੰਮ ਕੁੰਮ ਕਰ ਲੈ, ਚਾਹ ਪਾਣੀ ਪੀ ਲਿਆ? ਨਾ ਵੀ ਦਿੱਤਾ ਨੀ ਬੀਬੀ ਨੇ। ਚੱਲ ਜਾ ਮੈਂ ਬਣਾਉਂ ਚਾਹ, ਚਾਹ ਪੀ ਲੈ ਨਾਲੇ, ਖਾ ਲੈ ਰੋਟੀ, ਬੋਲ ਨਹੀਂ ਮਾਰਿਆ ਕਰਦੇ ਨੂੰ। ਠੀਕ ਆ ਠੀਕ ਆ, ਚੱਲ ਖੜੀ ਹੋ, ਤੇ ਸਮਾਨ ਇਕੱਠਾ ਕਰਿਆ ਲਿਆ ਲਿਆ ਕੇ ਉਰੇ, ਚੱਲ ਤੁਰਲੇ ਪਾ ਲੇ ਬਾਬਰੀਆਂ, ਮੈਂ ਤਰ੍ਹਾਂ ਖੰਡਿਆ ਰੱਖੇ ਨੂੰ ਲੱਗਾ ਜੇ ਸੱਚ ਮੈਂ ਚੜੇ ਲੋ ਪਈ ਤੀ ਕਰਮਾ ਮੈਂ ਦਰੀ, ਚੱਲ ਤੁਰਲੇ ਇਹ ਤੁਰਲੇ। ਬੀਬੀ ਬੀਬੀ ਮੈਂ ਵੀ ਨਾਲ ਜਾਊਂ ਇਹਦੇ, ਤੁਕ 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 ਤੁਕ, ਮੋਟਰਸਾਈਕਲ ਵੀ ਮੈਂ ਚਲਾਵਾਂ, ਤੁਕ 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 ਤੁਕ, ਕੱਟਦੇ 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 ਕੱਟਦੇ। ਲੈ ਉੱਤਰ ਕੇ ਨਾ, ਮੈਂ ਬਾਜ਼ਾਰ ਜਾ ਕੇ ਆਉਣਾ। ਮੈਂ ਤਾਂ ਨਾਲ ਜਾਊਂ। ਉਹ ਨਾਲ ਨੂੰ ਕੀ ਖੇਡਾ ਪਾ ਕੇ ਆਉਣਾ ਮੈਂ ਵੀ ਤੈਨੂੰ ਨਾਲ ਲੈ ਜਾ? ਮੈਂ ਨਹੀਂ, ਮੈਂ ਤਾਂ ਨਾਲ ਜਾਊਂ। ਆ ਕਰਤਾ ਸਿਆਪਾ, ਉਹ ਬੀਬੀ ਆ ਲੈ ਕੇ ਜਾਈਏ ਇਹਨੂੰ ਅੰਦਰ। ਤੁਕ ਤੁਕ ਤੁਕ, ਬੀਬੀ ਕੁਛ ਨਹੀਂ ਕਹਿੰਦੀ। ਤੁਕ ਤੁਕ ਤੁਕ, ਓਏ ਉੱਤਰ ਜਾ, ਗੱਲ ਮੰਨੀ ਦੀ ਹੁੰਦੀ ਆ, ਮੈਨੂੰ ਕੰਮ ਆਏਗਾ। ਮੈਂ ਨਹੀਂ ਮੰਨਦੀ, ਮੈਂ ਲੇਟ ਹੋ ਜਾਊਂਗਾ, ਮੈਂ ਕੰਨ ਦੀ ਜੜ 'ਚ ਧਰੂੰ ਲੱਪੜ। ਬੀਬੀ ਆ ਦੇਖ ਲੈ, ਬੀਬੀ ਕੰਨ ਦੇ ਮਾਰਿਆ, ਫਿਰ ਇੱਥੇ ਕਾਹ ਤੋਂ ਚੜੀ ਬੈਠੀ?
ਮੈਂ ਨਾਲ ਜਾਊਂਗੀ। ਨਾਲ ਕੀ ਕਰਨ ਜਾਏਂਗੀ? ਮੈਂ ਨਹੀਂ, ਮੈਂ ਜੀਜੀ ਕਾਮ ਉੱਤੇ ਜਾਾਂਗੇ। ਜੀਜੀ ਘਰੇ ਲਿਆ ਦਾਂਗੇ ਤੈਨੂੰ ਥੱਲੇ। ਮੈਂ ਨਹੀਂ, ਮੈਂ ਨਾਲ ਜਾਊਂਗੀ ਨਾ, ਮੇਰੇ ਮਾਰਿਆਗਾ। ਇੱਕ ਹੋਰ ਮਾਰੂਗਾ ਫਿਰ ਹੁਣ, ਜੇ ਨਾ ਉਤਰੀ ਤਾਂ ਦੇਖ ਲੈ ਭਾਬੀ। ਓਏ ਥੱਲੇ ਉਤਰ ਜਾ, ਕਦੋਂ ਮਾਰਿਆ ਤੇਰੇ? ਐਵੇਂ ਕਿਉਂ ਝੂਠ ਮਾਰੀ ਜਾਂਦੀ? ਦੋ ਮਾਰੇ ਸੀ। ਹਾਏ ਵੇ ਰੱਬਾ, ਜੇ ਕਿਸੇ ਕੰਮ ਧੰਦੇ ਜਾਈਦਾ ਤਾਂ ਤੂੰ ਰੋਣ ਪਿੱਟਣ ਪਾ ਲਿਆ ਕਰ। ਮੈਂ ਨਹੀਂ, ਮੈਂ ਤਾਂ ਜਾਊਂ। ਮੇਰੀ ਗੱਲ ਸੁਣ, ਤੈਨੂੰ ਖਾਣ ਵਾਸਤੇ ਕੋਈ ਚੀਜ਼ ਲਿਆ ਦੂੰਗਾ, ਥੱਲੇ ਉਤਰ ਜਾ। ਪਹਿਲਾਂ ਦੇ, ਹੁਣ ਮੇਰੀ ਕਿਹੜਾ ਜੇਬ 'ਚ ਪਈ ਹੈ ਚੀਜ਼? ਘਰੇ ਕੋਈ ਚੀਜ਼ ਨਹੀਂ ਹੁੰਦੀ ਪੁੱਤ, ਖਾਣ ਨੂੰ ਕੀ ਆਖੇਂਗੀ? ਸਿਓ, ਕੇਲੇ, ਡਬ ਰੋਟੀਆਂ, ਕੀ ਆਖੇਂਗੀ? ਉਹੀ ਚੀਜ਼ ਮੰਗਾ ਦੂੰਗੀ। ਪਰ ਮੈਂ ਨਾਲ ਜਾ ਕੇ ਲੈ ਆਉਂ ਸਾਰੀਆਂ ਚੀਜ਼ਾਂ, ਇਹ ਅੱਧੀਆਂ ਭੁੱਲ ਜੂ। ਨਹੀਂ ਭੁੱਲਦਾ, ਅੱਧੀਆਂ ਨਹੀਂ ਭੁੱਲਦਾ, ਸਾਰੀਆਂ ਲਿਆ ਕੇ ਦੇਊਗਾ। ਨਾਲ ਨਹੀਂ ਜਾਂਦੇ ਹੁੰਦੇ ਮੇਰੀ ਧੀ ਵਾਲੀ ਛਾਣੀ। ਉੱਤਰ ਜਾ ਥੱਲੇ। ਹਾਂ ਨਹੀਂ, ਚੀਜ਼ ਲਿਆ ਕੇ ਦੇ ਪਹਿਲਾਂ। ਉਹ ਚੱਲ ਫਿਰ ਬਾਜ਼ਾਰ ਜਾਊਂਗਾ ਤਾਂ ਹੀ ਲਿਆ ਕੇ ਦਿਓ। ਮੈਂ ਲੈ ਜਾ, ਮੈਨੂੰ ਛੱਡ ਜੀ ਫਿਰ ਬਗ ਜੀ। ਕਿੱਥੋਂ ਸਿਆਪਾ ਹੋ ਗਿਆ ਜਾਣ ਨੂੰ। ਚੱਲ ਚੰਗਾ ਫਿਰ ਪਿੱਛੇ ਨੂੰ ਹੋ, ਬਗ ਚੱਲੀ। ਓਏ ਆਏ ਨਹੀਂ, ਇੱਕ ਵਾਰੀ ਉੱਤਰ ਆ ਸਟੈਂਡ ਤੋਂ, ਤਾਂ ਲਾ ਦਿਆ ਮੋਟਰਸਾਈਕਲ ਮੈਂ। ਉੱਤਰ ਜਾ। ਹੋਰ ਬੀਬੀ ਨੂੰ ਲੈ ਜਾ ਅੰਦਰ। ਮਾਣੀ ਬੱਟੂ ਮਨੋ, ਓ ਜਾ ਬਗ ਜਾ ਅੰਦਰ ਤੂੰ। ਬੀਬੀ ਮਾਣੀ ਮੈਂ ਜਾਉਂ। ਛੱਡ ਦੇ ਪੁੱਤ, ਮਾਣੀ ਛੱਡ ਦੇ। ਮੈਨੂੰ ਚੀਜ਼ ਲਿਆ ਕੇ ਦੇ ਦੂੰਗਾ ਮੈਂ, ਛੱਡ ਦੇ ਮੋਟਰਸਾਈਕਲ। ਛੱਡ ਦੇ, ਛੱਡ ਦੇ। ਹੋਰ ਚੰਗਾ ਲਿਆ ਦੂੰਗਾ ਚੀਜ਼ ਮੈਂ। ਆਈ ਨਹੀਂ ਕਰਦੇ ਹੁੰਦੇ ਪੁੱਤ, ਬੰਦਿਆਂ ਨੂੰ ਰੋਕਦੇ ਨਹੀਂ ਹੁੰਦੇ। ਮੈਨੂੰ ਬੁਲਾ, ਮੈਨੂੰ ਨਾ ਬੁਲਾ ਕੇ। ਲੈ ਕਿ ਮੈਨੂੰ ਨਾ ਬੁਲਾ, ਇਹਨੂੰ ਨਾ ਬੁਲਾ ਸੰਧਾਰੇ ਨੂੰ। ਸਿਆਪਾ ਹੋ ਰਿਹਾ ਜਾਣ ਨੂੰ, ਨਾ ਕਿਸੇ ਕੋਲ ਦੁੱਖ ਰੋਣ ਜੋ ਕਰੇ ਆ, ਹੈ ਨਾ ਹੱਥਾਂ 'ਤੇ ਹੱਥ ਧਰ ਕੇ ਬੈਠਿਆ ਜਾਂਦਾ। ਰੱਬਾ, ਕੀ ਸਾਡੇ ਕਰਮਾਂ 'ਚ ਦੰਡ ਲਿਖਿਆ ਸੀਗਾ ਜਿਹੜਾ ਆਪ ਉਤਰੇ ਆ। ਇਕੱਲੀ ਸੀ, ਚੰਗਾ ਭਲਾ ਕੰਮ ਕਰ ਲੈਂਦੀ ਸੀ, ਚਾਰ ਰੋਟੀਆਂ ਲਾ ਲੈਂਦੀ ਸੀ, ਸੌਖੀ ਤਾਂ ਸੀ। ਆ ਮੁੰਡਾ ਵਿਆਹ ਕੇ ਜਮਾਂ ਹੀ ਤਪ ਗਈ ਨਾ। ਹੁਣ ਪੇਕੇ ਮੰਨਦੇ ਨੇ ਵੀ ਸਾਡੀ 'ਚ ਭੂਤ ਹੈ, ਇੱਕ ਪ੍ਰੇਤ ਹੈ। ਇਕੱਲਾ ਤੁਹਾਡੇ ਘਰੋਂ ਹੀ ਭੂਤ ਚਿੰਬੜ ਗਏ ਵੀ ਲੈਣ ਪੁੱਤੇ ਦਾ, ਸਾਡੇ ਘਰੋਂ ਹੀ ਭੂਤ ਚਿੰਬੜ ਗਏ, ਸਾਨੂੰ ਤਾਂ ਚਿੰਬੜੇ ਨਾ, ਤੁਹਾਡੀ ਨੂੰ ਚਿੰਬੜ ਗਏ। ਹੈ ਸਭ ਦੀਆਂ ਸੁਣਨੀਆਂ ਪੈਂਦੀਆਂ ਵਾ ਨਾ, ਜਦੋਂ ਕਿਸਮਤ ਮਾੜੀ ਹੋਵੇ। ਉਹ ਜਾਣੇ ਹਾਏ ਨੀ ਬੂ, ਮੈਂ ਮਰ ਜਾ ਤੇਰਾ, ਬਹਿ ਜੇ ਬੇੜਾ ਤੇਰਾ। ਅੰਨੀ ਤੂੰ ਦਿਖਦਾ ਨੀ ਹੈਗਾ ਤੈਨੂੰ, ਬਾਉਲੀ ਕਿਸੇ ਥਾਂ ਦੀ। ਆ ਹੁਣ ਮੇਰੇ ਬਣਾ ਦੇਣੇ ਸੀ ਗੋਡੇ, ਮੈਂ ਕੀ ਕੀਤਾ ਗਾ? ਅੱਛਾ ਤੂੰ ਨੀ ਕੀਤਾ, ਹੋਰ ਕਿਨੇ? ਮੈਂ ਕਰਤਾ ਇਹ ਸਾਰਾ ਕੁਛ। ਮੇਰੀ ਬੀਬੀ ਨੂੰ ਦੱਸੂ ਮੈਂ? ਤੂੰ ਕੀ ਦੱਸਾਂਗੀ? ਮੈਂ ਦੱਸੂ ਤੇਰੀ ਬੀਬੀ ਨੂੰ? ਮਾਰ ਕੇ ਨਾ ਦੋ ਥਾਪੜਿਆ ਕੱਢ ਦੂੰ ਤੇਰਾ ਸਾਰਾ ਚੀਕ ਚੀਕ ਚਗੇੜਾ ਜਿਹਾ। ਮੋਟੋ ਜੀ ਕੀ ਕਰਦੀ ਹੋਗੀ ਸੜੀ ਜੀ? ਸਾਡੇ ਘਰੇ ਆਈ ਨਾ, ਮਾਂ ਨੂੰ ਪਤਾ। ਕੋਈ ਨੀ ਚੱਲ, ਦੱਸ ਕੇ ਆਉਂਦੀ ਤੇਰੀ ਸੱਸ ਨੂੰ। ਆਏ ਤੂੰ ਸਾਡੇ ਘਰ, ਮੈਂ ਵੀ ਕੱਢੂਗੀ ਤੈਨੂੰ। ਆ ਜੀ, ਕਿੱਥੋਂ ਚਾਂਬਲੀ ਹੋਈ ਰੱਖ ਰੱਖੀ ਇਹ, ਕੱਢੀ ਨਹੀਂ ਜਾਂਦੀ ਹੈਗੀ ਕੰਜਰੀ ਘਰੋਂ, ਬੇੜਾ ਬੈਠੇ ਵਾਲੀ। ਲੈ ਦੱਸ, ਹੁਣ ਤੋੜ ਦੇਣੇ ਸੀ ਮੇਰੇ ਗੋਡੇ। ਤੇਰਾ ਬੇੜਾ ਬੈਠ ਜੇ ਕਿਉਂ ਰੇ, ਬਿਨਾਂ ਖਾਂਬਾ ਭੁੜਦੀ ਆ ਰਹੀ ਹੈ, ਦਿਮਾਗ ਮਾ ਫਰਕ ਹੈ ਕੋਈ? ਕਿਉਂ ਗਿਆ? ਕਿਉਂ ਗਿਆ? ਨਿਊ ਵੱਜਿਆ ਕਰ, ਵਿੱਚ ਬਾਹ ਤੋੜਦੀ ਹੋਣੀ ਤੀ। ਵਿੱਚ ਤਾਂ ਤੂੰ ਵੱਜੀ ਆ। ਕਿਉਂ? ਮਨ ਦੀਦਾ ਨਹੀਂ ਹੈਗਾ, ਆਉਂਦੀ ਹੂੰ ਮੈਂ। ਮੇਰੇ ਖੰਭ ਦੀਦੇ ਨਹੀਂ ਸੀ? ਤੇਰੇ ਤੋਂ ਖਾਂ ਮੈਂ ਈ ਵਿਗਾੜ ਦੂੰਗੀ, ਸਾਰਾ ਦਿਨ ਆਪਰੀ ਫਰੀ ਜਾਏਗੀ। ਇੱਕ ਤੋੜ ਗਈ ਤੀ ਉੱਥੇ ਸੀ ਮੈਂ। ਕਿੱਥੇ ਜਾਣਾ ਇਹਨੇ? ਇਹ ਤੂੰ ਸਾਡੇ ਘਰੋਂ ਜਾ, ਵਿੱਚ ਵੱਜਦੀ ਫਿਰਦੀ ਆ, ਸਾਂਭ ਕੇ ਨਹੀਂ ਰੱਖੀ ਜਾਂਦੀ ਆ ਸੜੀ ਜੀ ਤੁਹਾਡੇ ਤੋਂ। ਹਾਂ ਹਾਂ, ਤਾਂ ਉਹ ਤਾਂ ਬੜੀ ਸੁਥਰੀ ਆ, ਬੁੱਥੀ ਦੇਖੀ ਆਪਕੀ। ਇਹ ਬਸ ਕਰ, ਤੇਰੇ ਨਹੀਂ ਮੈਂ ਮੂੰਹ ਲੱਗਣਾ ਹੀ ਚੰਗਾ, ਮੈਂ ਤਾਂ ਭੈਣ ਨੂੰ ਲਾਂਭਾ ਦੇਣ ਆਈ ਹੈਗੀ ਵੀ ਇਹਨੂੰ ਸਾਂਭ ਕੇ ਰੱਖ ਲਿਆ ਕਰੋ। ਭੈਣ ਲਿਆ ਕਰ ਇਹਨੂੰ, ਭੈਣ ਨੂੰ ਕੀ ਲਾਂਭਾ ਦੇਣ ਆਈ ਹੈ? ਮੇਰੇ ਨਾਲ ਘਰ ਜਿਹੜੀ ਬਾਤ ਕਰਨੀ ਹੈ, ਕੀ ਬਾਤ? ਨਾ ਇਹ ਵਿੱਚ ਵੱਜਦੀ ਫਿਰਦੀ ਹੈਗੀ, ਆ ਹੁਣ ਮੇਰੇ ਗੋਡੇ ਤੋੜ ਦੇਣੇ ਸੀ ਇਹਨੇ। ਦੇਖਾਂ ਟੁੱਟੇ ਤਾਂ ਨਹੀਂ, ਚੰਗੀ ਵੇਲੇ ਤਾਂ ਖੜੀਆਂ, ਉਈ ਦੋਸਤ ਲਾਂ ਲੱਗ ਰਹੀਆਂ ਛੋਰੀ ਕੇ।
ਬਾਹਰ ਖੁੱਲਾ ਲੰਘ ਜਾ ਇੰਨੇ ਤੱਪੜ ਮਾਰੇ ਸੀ ਮੇਰੇ ਤੇਰਾ ਬੇੜਾ ਬੈਠ ਜਾ ਨਾ ਛੋੜੀ ਦੇ ਕਸਪ ਮਾਰੇ ਮਰ ਜਾ ਕਿੱਡੇ ਝੂਠ ਬੋਲਦੇ ਨਹੀਂ ਤੂੰ ਤਾਂ ਜਮਾ ਪਖੰਡਣ ਆ ਪਖੰਡਣ ਮੈਂ ਤਾਂ ਤੁਹਾਡਾ ਇੰਨਾ ਸੋਚਦੀ ਆ ਤਾਂ ਤੇ ਨਾ ਤਾਂ ਬਰੂ ਪੜਿਸ ਕੇ ਮੰਗ ਰਹੇ ਆ ਬੜੀ ਵੀ ਲੜਾਈ ਕਰਾ ਕੇ ਆਉਂਗਾ ਰਾ ਜਾਂ ਕਲੇਸ਼ ਕਰਾ ਕੇ ਆਉਂ ਨਾ ਕੀ ਗੱਲ ਫਿਰ ਇਹ ਘਰੇ ਬੰਨ ਕੇ ਨਹੀਂ ਰੱਖੀ ਜਾਂਦੀ ਜੋ ਬੰਨ ਦੀ ਇਹ ਮੈਂਟਲ ਹੈ ਦਿਮਾਗ ਤਾਂ ਹਿੱਲੀ ਹੋਈ ਹੈ ਮੈਂਟਲ ਹੋਏਗੀ ਤੂੰ ਤਾਂ ਖਾਨਦਾਨ ਮੈਂਟਲ ਕੀ ਬਾਤ ਤੁਹਾਡਾ ਹੀ ਖਾਨਦਾਨ ਹੈ ਤੂੰ ਆ ਮੈਂਟਲ ਸਾਡੇ ਘਰੇ ਨਾ ਬਣ ਜਾ ਤੂੰ ਕੋਈ ਕੀ ਗੱਲ ਮੈਂ ਤੇਰੇ ਸੱਸ ਨੂੰ ਦੱਸ ਕੇ ਆਇਆ ਕਿ ਮੈਂ ਦੱਸਾਂ ਕਿ ਜਾ ਲੱਗ ਜਾ ਤੂੰ ਸੱਸ ਕੀ ਨਾਲੇ ਹੋਰ ਬੋਲੀਆਂ ਤੁਸੀਂ ਪ੍ਰਧਾਨ ਹੋ ਰਹੀਆਂ ਦੋਨੇ ਲੈ ਨੰਦ ਤਾਂ ਤੇਰੇ ਤੋਂ ਸੰਭੀ ਨਹੀਂ ਜਾਂਦੀ ਗੱਲਾਂ ਮਾਰਨ ਆ ਕੀ ਬਾਤ ਤਾਰੇ ਕਰਾਂ ਗਈ ਤੀ ਮੇਰੀ ਨੰਦ ਤਾਉ ਆਈਆਂ ਚੱਕਾ ਮੂੰਹ ਕਿਸਨੇ ਬੁਲਾਈ ਤੀ ਨਾ ਫਿਰ ਇਹ ਗਲੀਆਂ ਚ ਕੇ ਫਿਰਦੀ ਆ ਨਹੀਂ ਫਿਰੇਗੀ ਸਰਕਾਰੀ ਬੀਆਂ ਮਾਰੀ ਤਾਂ ਨਿਓਏ ਫਿਰੇਗੀ ਤਾਉ ਲਾ ਲੈ ਜੋ ਜੜੇ ਦਰ ਪੱਲ ਅੱਛਾ ਪਰ ਲੋਕਾਂ ਦੇ ਲੱਤਾਂ ਗੋਡੇ ਤੋੜਨੇ ਨੇ ਇੰਨੇ ਵਿੱਚ ਵੱਜ ਵੱਜ ਕੇ ਲੋਕ ਨਾ ਫਿਰੇ ਬੀਆਂ ਵੈਂਗਰਾਂ ਵੜ ਜਾਂ ਟਿੱਕੇ ਅਸ ਤਾਂ ਕੰਮ ਕਰ ਦਿਆਂਗੇ ਇਹੀ ਫਿਰਦੀਆਂ ਬੀਆਂ ਕੰਮ ਕਰਾਂ ਤਾਂ ਕਮਾਈ ਜਾਣੂ ਤੈਨੂੰ ਕੰਮ ਕਰਨਾ ਬੀਬੀ ਬੀਬੀ ਇਹਨੇ ਮਾਰਿਆ ਮੇਰੇ ਇਹ ਕਰਾ ਕਮਾਲ ਹੋ ਰਹੀ ਹੈ ਜਮੀ ਨਹੀਂ ਭੈਣੇ ਇਹਨੂੰ ਮਾੜਾ ਮੋਟਾ ਸਾਂਭ ਕੇ ਰੱਖ ਲਿਆ ਕਰਨਾ ਮੈਂ ਤਾਂ ਪਾਥੀਆਂ ਚੱਕੀ ਜਾਂਦੀ ਸੀ ਘਰੇ ਆ ਕੇ ਨਾ ਇਹਨੂੰ ਮੈਨੂੰ ਧੱਕਾ ਮਾਰਿਆ ਆ ਮੇਰੇ ਗੋਡੇ ਤੋੜ ਦੇਣੇ ਸੀ ਇਹਨੇ ਉੱਤਾਂ ਹੀ ਨਹੀਂ ਕਰਦੇ ਹੁੰਦੇ ਧੱਕਾ ਨਹੀਂ ਮਾਰਦੇ ਮੈਨੂੰ ਕੁੱਟਿਆ ਇਹਨੇ ਦੇਖ ਲੈ ਤੂੰ ਮੈਂ ਮਰ ਜਾ ਦੇਖ ਲੈ ਕੋਈ ਐ ਹੋਵੇ ਨਾ ਵੀ ਅਗਲਾ ਸੱਚ ਮੰਨਣ ਵਾਲਾ ਅਗਲਾ ਕਹੇ ਸੱਚੀ ਕੁੱਟਿਆ ਤੂੰ ਤਾਂ ਲੋਕਾਂ ਘਰੇ ਪਾੜ ਪਵਾ ਦੇਣੀ ਉਹਨੇ ਕੁੱਟ ਕੇ ਕੀ ਲੈਣਾ ਤੈਨੂੰ ਮੈਨੂੰ ਕੁੱਟਿਆ ਬੀਬੀ ਤੇਰੀ ਸਾਂ ਬੀਬੀ ਨੂੰ ਮਾਰ ਦੇ ਤੂੰ ਰਹਿ ਇੱਥੇ ਨਾ ਕੇ ਬਾਤ ਮੈਂ ਤੋ ਇੱਥੇ ਰਹੂੰਗੀ ਤੇਰੇ ਕੇ ਸੂਲ ਓਏ ਮੇਰੀ ਨੰਦ ਕਾ ਘਰ ਆ ਚਾਹੇ ਮੈਂ ਜਾਉਂ ਚਾਹੇ ਮੈਂ ਰਹੂੰ ਤਾਉ ਇਤੀ ਤੱਖਣ ਪਾੜ ਮੈਂ ਬਈਆ ਤੜਾ ਮਾਇਆ ਕੇ ਕੁੜੇ ਪੁੱਤ ਕਾਨੂੰ ਕਵਰਾਈ ਜਾਨੀ ਐ ਤੈਨੂੰ ਨਹੀਂ ਪਤਾ ਅਸੀਂ ਇਹਦੇ ਕੋਲੇ ਰੋਜ਼ ਰਹਿੰਦੇ ਆ ਰੋਜ਼ ਇਹਦੇ ਨਾਲ ਜੂਲਦੇ ਆ ਇਹ ਬਹਿਬਤ ਕਰ ਜਾਂਦੀ ਐ ਵਿੱਚ ਦੀ ਨਾ ਮਾਸੀ ਇਸ ਨੇ ਕੇ ਬਹਿਬਤ ਕਰੀਏ ਚੱਲ ਮਾਨ ਲਿਆ ਬਾਜੀ ਹੋਣੀ ਇਸ ਮੈਂ ਫਿਰ ਕਿ ਕਿਸੇ ਪਾਸੋਂ ਲਿੱਸੀ ਪੜ ਗਈ ਉਹੀ ਛੋਰੀ ਪਰ ਲੱਗ ਗਈ ਜੇ ਨਿਊ ਕੋਈ ਨਹੀਂ ਕਟਵਾਈ ਜਾਂਦੀ ਲੋਕਾਂ ਤੇ ਆਹੋ ਦੇਖ ਲੈ ਕੁੱਟਣ ਕਿੱਥੇ ਲੱਗ ਰਹੇ ਆ ਮੈਂ ਤਾਂ ਲੰਬਾ ਹੀ ਦੇਣਾ ਇਸ ਭਾਈ ਨੂੰ ਘਰੇ ਰੱਖ ਲਿਆ ਕਰੋ ਕੁੱਟਿਆ ਸੀ ਹਾਂ ਕੋਈ ਨਾ ਫੇਰ ਕੀ ਹੋ ਗਿਆ ਤੇਰੀ ਚਾਚੀ ਆ ਕੁੱਟੂ ਤੈਨੂੰ ਕਿਸੇ ਦੇ ਮੇਰੀ ਸੁਣ ਲੈ ਬਾਤ ਜਿਨ ਪੈਰੀਆਂ ਲੰਘ ਜਾ ਨਹੀਂ ਮੈਂ ਇਹ ਜ਼ਰੂਰ ਕੁੱਟਾਂਗੇ ਨਹੀਂ ਭਾਈ ਇਹਨੂੰ ਸਮਝਾ ਲੈ ਮੈਂ ਇਹਦੇ ਮੂੰਹ ਨਹੀਂ ਲੱਗਣਾ ਹੀ ਚੰਗਾ ਤੈਨੂੰ ਮੈਂ ਕੀ ਜਾਣਦੀ ਆ ਨਾ ਮੈਂ ਤੇਰੇ ਨਾਲ ਬੋਲਾਂ ਅਰ ਤੇਰਾ ਮੂੰਹ ਕੌਣ ਲੱਗਾ ਹਾਂ ਬੜੀ ਮੂੰਹ ਅੱਜ ਤੋਂ ਦੇਖ ਲੈ ਕਿ ਮੇਰੇ ਬੇੜਿਆ ਮੂੰਹ ਇਹਨੂੰ ਤਾਂ ਕਿੱਥੇ ਕੀ ਸਮਝਾਣਾ ਸੀ ਸਾਡੀ ਬੋਲੀ ਇਹਨਾਂ ਦੇ ਪੱਲੇ ਪਾ ਰੱਖੀ ਐ ਸਗੋਂ ਸਿਰੇ ਚੜਦੀਆਂ ਨੇਗੀ ਕੌਣ ਕਹਿ ਬੋਲੀ ਐ ਹਾਂ ਬੋਲੀ ਹੋਰ ਕੀ ਹਾਂ ਤੇਰੇ ਵਰਗੀ ਨਹੀਂ ਕਿਹੜੇ ਬੋਲੀ ਤੂੰ ਚੁੱਪ ਕਰ ਜਾ ਕਾਨੂੰ ਲੜਾਈ ਪਾਈ ਐ ਕਿਉਂ ਨਿਓ ਸਰੀ ਕੀ ਸਰਪਾ ਚਾੜ ਰੱਖੇ ਐ ਕਿਉਂ ਲੋਕ ਬਾਤ ਬਤੇਲੀ ਆ ਜਾ ਚਰਖਾ ਐ ਚੁੱਪ ਕਰ ਜਾ ਕਾਨੂੰ ਲੋਕਾਂ ਨੂੰ ਕਰ ਜਾ ਨਾਲੇ ਹੋਰ ਕਰ ਜਾ ਤੇਰੇ ਮਾਸੜ ਨੂੰ ਪਤਾ ਲੱਗ ਗਿਆ ਉਹ ਲੜੂਗਾ ਗਾਲਾਂ ਦੇਊਗਾ ਮੈਨੂੰ ਹਾਂ ਮੈਂ ਬਤਾਉਂਗੀ ਮਾਸੜ ਨੂੰ ਵਿਆਹ ਚੱਜ ਕਰਾਈ ਕਮਾਲ ਹੋ ਰਹੀ ਜਮੀ ਨਹੀਂ ਅਸੀਂ ਇਹਦੇ ਨਾਲ ਰੋਜ਼ ਜੂਲਦੇ ਸਾਨੂੰ ਪਤਾ ਹੈ ਆ ਜਾ ਬਗ ਚੱਲ ਬਾਈ ਚੱਲ ਨਾਲੇ ਹੋਰ ਨਿਊ ਕੋਈ ਲੋਕਾਂ ਕੋ ਕਟਵਾਈ ਜਾਈ ਨਹੀਂ ਕਮਾਲ ਹੋ ਰਹੀ ਜਮੀ ਲੈ ਤੜਕੇ ਦੀ ਗਈ ਆ ਹਜੇ ਤੱਕ ਪਾਥੀਆਂ ਲੈ ਕੇ ਨਹੀਂ ਮੁੜੀ ਮਾਂ ਦੀ ਤੀ ਪਤਾ ਨਹੀਂ ਉੱਥੀ ਬੜਬੜੀ ਕਰਦਾ ਰਿਹਾ ਕਰ ਚੰਗਾ ਕੰਮ ਨੂੰ ਨਾ ਹੱਥ ਲਾਈ ਕੋਈ ਵੀ ਓਏ ਕੰਮ ਹੀ ਕਰੀ ਜਾਂਦਾ ਮੈਂ ਤਾਂ ਲੇਟੀ ਜੀ ਰੱਖੀ ਸੀਗੀ ਮਹਾ ਚੱਲ ਪਸ਼ੂਆਂ ਨੂੰ ਪਾ ਦੂੰਗਾ ਤੂੰ ਬਰੀ ਲਾਇਆ ਈ ਉੱਥੇ ਬਰੀ ਲਾਉਣੇ ਸੀਗਾ ਉਹ ਬੇੜਾ ਬਹਿ ਗਿਆ ਉਹਨਾਂ ਦੀ ਬੌਲੀ ਜੀ ਦਾ ਓਏ ਤੂੰ ਕੀ ਹੋ ਗਿਆ ਇਹ ਜਾ ਕਿਉਂ ਅਗਲੇ ਦਾ ਦਰਕੇ ਦਰਕੇ ਬੇੜਾ ਭਾਈ ਜਾਨੀ ਆ ਕਿਹਦੀ ਸੁੱਖ ਮੰਗ ਲਿਆ ਕਰ ਬਾਹਰ ਫਿਰਦੀ ਸੀ ਪਹਿਲਾਂ ਪਾਉਂਦੀ ਆ ਤਾਂ ਮੈਂ ਪਾਥੀਆਂ ਚੱਕੀ ਆਉਂਦੀ ਸੀ ਵਿੱਚ ਆ ਕੇ ਵੱਜੀ ਜਾਣ ਕੇ ਡਰਾਤਾ ਮੈਨੂੰ ਮੈਂ ਡਿੱਗ ਗਈ ਉੱਥੇ ਹਾਏ ਓ ਰੱਬਾ ਹਾਏ ਓ ਰੱਬਾ ਜੇ ਤੂੰ ਡਿੱਗੀ ਹੁੰਦੀ ਨਾ ਮੰਜੇ ਤੇ ਪਾ ਕੇ ਲੈ ਕੇ ਆਉਣੀ ਪੈਂਦੀ ਐ ਤੁਰ ਕੇ ਨਹੀਂ ਸੀ ਆਉਂਦੀ ਤੂੰ ਦੇਖ ਲੈ ਤੂੰ ਤਾਂ ਇਹੀ ਚਾਹੁੰਦਾ ਸੀ ਮੇਰੇ ਗੋਡੇ ਗਾਡੇ ਟੁੱਟ ਜਾਂਦੇ ਬੇ ਤੇਰੇ ਤੋਂ ਤਾਂ ਫਿਰ ਚਾਹ ਨਹੀਂ ਬਣ ਕੇ ਆਹ ਬਣਾ ਕੇ ਪੀਤੀ ਜਾਂਦੀ ਹੋਰ ਕੀ ਕਰੇਗਾ ਫਿਰ ਤੂੰ ਉਹ ਤੇਰੇ ਨਹੀਂ ਟੁੱਟਦੇ ਹੈਗੇ ਗੋਡੇ ਗੋਡੇ ਦਾ ਤੂੰ ਮੇਰੇ ਤੋੜ ਨਾਲੇ ਕਰ ਰੱਖਿਆ ਤੜਕੇ ਤੋਂ ਲੱਗਦਾ ਗਧੇ ਵਾਂਗੂ ਸਾਰਾ ਦਿਨ ਸਾਰਾ ਘਰ ਦਾ ਕੰਮ ਕਰਦਾ ਤੂੰ ਮਾਂ ਦੀ ਧੀ ਡਾਕ ਚੌਂਕੀਆਂ ਤੇ ਰਹਿਣੀ ਆ ਮੈਨੂੰ ਐ ਦੱਸ ਆ ਗੁਲਾਬੀ ਸੂਟ ਪਾ ਕੇ ਕਿੱਧਰ ਤੜਕੀ ਨਿਕਲ ਜਾਣੀ ਆ ਤੂੰ ਤੜਕੀ ਉਹਨਾਂ ਦਾ ਸਿਆਪਾ ਕਰਕੇ ਆਈ ਆਂਗੀ ਫਿਰ ਮੈਂ ਕੀ ਗੱਲ ਉਹਨਾਂ ਘਰ ਲੰਬਾ ਦੇ ਕੇ ਨਹੀਂ ਆਉਣਾ ਸੀਗਾ ਵੀ ਇਹਨੂੰ ਭਾਈ ਸਾਂਭ ਕੇ ਰੱਖਿਆ ਕਰੋ ਗਾਹਾਂ ਉਹਦੀ ਭਰਜਾਈ ਮੇਰੇ ਗਲ ਪੈਗੀ ਲੈ ਦੱਸ ਮੈਂ ਤੁਹਾਡਾ ਕੀ ਮਾੜਾ ਕਰਤਾ ਗਾਲੀ ਪੈਣਾ ਤੂੰ ਹੀ ਅਗਲੀ ਦੀਆਂ ਬਾਲੀਆਂ ਸਹਿਤੀਆਂ ਲੈਨੇ ਹੁੰਨੀ ਐ ਹੋ ਜੇ ਉਹਨਾਂ ਦੇ ਫਲਾਨਾ ਹੋ ਜੇ ਨਾ ਬੈਗ ਜਾ ਕਰ ਆ ਦੇਦੀ ਤੜਕੀ ਬਰਫੀ ਚਾਹ ਨਾਲ ਤੈਨੂੰ
ਬੇ ਉਹ ਤਾਂ ਇੱਕ ਬੌਲੀ ਜਿਹੜੀ ਹੈਗੀ ਹੈਗੀ ਉਹਦੀ ਭਰਜਾਈ ਨੂੰ ਐਂ ਨਹੀਂ ਹੈਗਾ ਵੀ ਸਾਡੀ ਬੌਲੀ ਇਹ ਸਾਂਭੀ ਬੈਠੇ ਨੇ, ਸਗੋਂ ਉਹਨਾਂ ਵੱਲ ਦੂਜਿਆਂ ਨਾਲ ਲੜਨ ਨੂੰ ਆਉਂਦੀ ਹੈਗੀ, ਆਪਦੇ ਨਣਦ ਵੱਲ ਦੀ ਗੱਲ ਕਰਦੀ ਹੈਗੀ ਵੀ ਕਿੱਥੇ ਤਾਂ ਤੂੰ ਐਂ ਕਹਿ ਦੇ ਭਾਈ ਸੱਚੀ ਬੌਲੀ ਹੈ, ਕੋਈ ਗੱਲ ਨਹੀਂ ਭੈਣੇ ਗਲਤੀ ਨਾਲ ਇਹਨੇ ਐਂ ਧੱਕਾ ਮਾਰਿਆ ਹੋਊਗਾ। ਓਏ ਆਪਦੇ ਧੀ ਪੁੱਤ ਨੂੰ ਕੌਣ ਕਹਿੰਦਾ ਹੁੰਦਾ ਵੀ ਬੌਲਾ ਹੈ, ਦੇਖ ਤੇਰੀਆਂ ਉਹੀ ਗੱਲਾਂ, ਫਿਰ ਅਗਲਾ ਤਾਂ ਸਗੋਂ ਦੀ ਗੁੱਦ ਗੁੱਦ ਕਰਕੇ ਪੈਂਦਾ ਆਪਣੇ ਕੰਨੀ। ਬੇ ਸੱਚੀ ਗੱਲ ਹੈ, ਰਾਜ ਤਾਂ ਡੰਡਿਆ ਗਿਆ ਬੇ, ਹੁਣ ਤਾਂ ਕਾਸੇ ਦਾ ਲੱਖਣ ਨਹੀਂ ਹੈਗਾ, ਤਾਂ ਜਵਾਕਾਂ ਵਾਂਗੂ ਫਿਰਦੀ ਹੈ, ਪਹਿਲਾਂ ਪਾਉਂਦੀ ਕਦੀ ਐਂ ਲੰਘ ਗਈ ਕਦੀ ਐਂ ਲੰਘ ਗਈ, ਮੈਨੂੰ ਤਾਂ ਲੱਗਦਾ ਸੌਣ ਲੱਗੇ ਠੀਕ ਹੋਣੀ ਨਹੀਂ, ਤਾਂ ਇਹਨਾਂ ਦੇ ਕਰਮ ਤਾਂ ਹੀ ਰਹਿਣਗੇ ਠੰਡੇ ਦੇ ਠੰਡੇ। ਉਹ ਚੱਲ ਤਾਂ ਠੀਕ ਕਰਾ ਕੇ ਲੈਣਾ ਵੀ ਕੀ ਹੈ, ਨਹੀਂ ਹੁੰਦੀ ਨਾ ਹੁਣ ਦੇ ਆਪਾਂ ਨੇ ਕੀ ਬੜੇਵੇਂ ਲੈਣੇ ਉਹਨਾਂ ਤੋਂ, ਵਧੀਆ ਸਮਾਂ ਦੀ ਮੇਰੇ ਸਾਲਿਆਂ ਨਾਲ ਆਈ ਹੋਣੀ ਚਾਹੀਦੀ ਸੀ ਉਹਨਾਂ ਨਾਲ। ਬਈ ਊਂ ਗੱਲ ਕਰਦੀ ਹਾਂ ਮੈਂ, ਅੱਗ ਲਾਉਣਾ ਢਿੱਡ ਤਾਂ ਮੱਚਦੇ ਹੀ ਜਵਾਕ ਕਰਨੀ ਦੇਖ ਕੇ, ਉਹ ਤਾਂ ਜਿਹੋ ਜਿਹੇ ਹੈਗੇ ਨੇ। ਉਹ ਚੱਲ ਹੁਣ ਫਿਰ ਜਵਾਕ ਦਾ ਵੀ ਕੀ ਆਪਾਂ ਕਹਿ ਦਈਏ ਵੀ ਉਹਦਾ ਕੀ ਕਸੂਰ ਆ, ਜਦੋਂ ਮਾਂ ਪਿਓ ਦੇਖ ਕੇ ਉਹਨਾਂ ਦੀਆਂ ਫੁੱਟੀਆਂ ਸੀ ਉਹ ਨਹੀਂ ਦੇਖ ਸਕਦੇ ਸੀ ਕਾਕੇ ਵਰਗੇ, ਉਹਨਾਂ ਨੂੰ ਕੀ ਰੀਂਹਦਾ ਨਹੀਂ ਸੀਗਾ। ਸਹੀ ਗੱਲ ਹੈ, ਕਰਦੀ ਤਾਂ ਸ਼ੁਰੂ ਤੋਂ ਦੀ ਐਵੇਂ ਹੈ ਹਨਾ, ਕੀ ਉਹ ਤਾਂ ਪੇਕਿਆਂ ਨੇ ਤਾਂ ਹੀ ਛੇਤੀ ਵਿਆਹਤੀ ਹੋਵੇ ਬੇ। ਓਏ ਉਹੀ ਆ ਕਾਕੇ ਦੇ ਘਰ ਵਾਲੀ ਨੇ ਕਿਹੜਾ ਆਪਣੇ ਨਾਲ ਘੱਟ ਕਰੀਆਂ ਨੇ, ਫਿਰ ਉਹ ਜੀਆਂ ਉਹਦੇ ਨਾਲ ਹੋਈ ਜਾਂਦੀਆਂ ਨੇ। ਪਰਮਾਤਮਾ ਉਰੀ ਜਵਾਕਾਂ ਵਿੱਚ ਦੀ ਕੱਢਦਾ, ਚੱਲ ਵਧੀਆ। ਮੈਂ ਤਾਂ ਕਹਿੰਦੀ ਹਾਂ, ਮੈਂ ਤਾਂ ਊਂ ਕਹਿੰਦੀ ਹਾਂ ਕਿ ਜਾ ਮੇਰੇ ਗੋਡੇ ਤੋੜ ਦਿੰਦੀ, ਮੈਂ ਤਾਂ ਬੈਠੀ ਰਹਿੰਦੀ, ਅਤੇ ਆ ਤੇਰੇ ਤੋਂ ਤਾਂ ਇੰਨਾ ਵੀ ਨਹੀਂ ਹੋਇਆ ਵੇਖੀ ਵੀ ਕੋਈ ਚੁੱਲ੍ਹੇ 'ਚ ਕੋਈ ਪਾਥੀ ਵੀ ਲਾ ਦਾਂ, ਮੱਥੋ ਚਪੇੜਾ ਨਾ ਲਾ ਲਈ, ਹੁਣ ਹੀ ਲਾ ਦੂੰ ਮੈਂ ਗਹਾਰਾ ਇਹਦੇ 'ਚ। ਹਾਂ ਗੱਲਾਂ ਦੇ ਕੀ ਕਰਦੀ ਆ, ਆ ਘੁੱਟ ਪਾਣੀ ਜੀ ਧਰ ਕੇ ਗਏ ਸੀ, ਫੂਕਿਆ ਸੀਗਾ, ਮੈਂ ਚੱਲ ਨਹਾ ਲੂੰਗਾ ਮੈਂ, ਇਹੀ ਨਹੀਂ ਤੱਥੋਂ ਤੱਤਾ ਹੋਇਆ ਹਜੇ ਤੱਕ, ਸਾਰੀ ਅੱਗ ਬੁਝੀ ਪਈ ਆ, ਮਚਾ ਦਿੰਦਾ ਫਿਰ ਮੈਂ ਕਿਉਂ ਮਚਾਵਾਂ, ਤੂੰ ਕਾਹਦੇ ਵਾਸਤੇ ਰੱਖਿਆ ਮੂੰਹ ਦੇਖਣ ਵਾਸਤੇ, ਪਰੇ ਵਗ ਜਾ ਪਾਥੀ ਆ, ਮੈਂ ਹੀ ਮਾਰੂੰ ਤੇਰੇ ਪਾਥੀ ਮਾਰ ਕੇ, ਮੈਂ ਕਹਿੰਦਾ ਕਿਤੇ ਹੋਰ ਨਾ ਸਿਰ ਪਾੜ ਦੇ ਮੇਰਾ, ਗੱਲਾਂ ਦੇ ਕੀ ਕਰਦੇ ਆ, ਤਰਸਾ ਪਿਆ ਮੇਰੇ ਕੋਲੇ, ਕੰਨ ਤੇ ਮਰੂੰ ਮੈਂ। ਪਹਿਲਾਂ ਉਹਨਾਂ ਨੇ ਤਪਾ ਰੱਖਿਆ ਕੰਜਰੀਆਂ ਨੇ, ਹਾਂ ਫਿਰ ਬੁਰੀ ਲੱਗੇਗੀ, ਇੱਥੇ ਗਾਉਣ ਵਾਲੇ ਵਾਂਗੂ ਕੰਨ ਤੇ ਹੱਥ ਰੱਖ ਲੇਗੀ, ਐ ਜੇ ਕਰੇਗੀ। ਵਗ ਜਾ ਹੁਣ ਫਿਰ, ਟਿਕਦਾ ਹੀ ਨਹੀਂ ਹੈਗਾ ਇਹ ਅੱਡ। ਹਾਂਜੀ ਸਤਿ ਸ਼੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ, ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।